ਇਹ ਫੁਆਰੇ ਨੂੰ ਇਸਤੇਮਾਲ ਕਰਨਾ ਸਿੱਖ ਜਾਏਗਾ ਉਹ ਜਿਹੜਾ ਉਸ ਦਾ ਉਹਦੇ ਮੂੰਹ ਦੇ ਉੱਤੇ ਛਾਈਆਂ, ਕਿਲ ਫਿੰਸੀਆਂ, ਫੋੜੇ ਜਿੰਨਾ ਵੀ ਕੁਝ ਹੈ ਉਹ ਪਾਣੀ ਦੀ ਤਰ੍ਹਾਂ ਸਾਫ਼ ਹੋ ਜਾਣਗੇ। ਇਹ ਇੱਕ ਕਾਲੇ ਬੰਦੇ ਨੂੰ ਸੋਹਣਾ ਕਿਵੇਂ ਕਰ ਸਕਦਾ ਹੈ? ਸੋਹਣਾ ਜੀ ਉਹਦੇ 글로ਅ ਲਾਊਗਾ, ਲਿਆਊਗਾ। ਇਹ ਆ ਦੇਖੋ ਇੰਨੀ ਕਰੀਮ ਕੰਮ ਕਰ ਰਹੀ ਆ। ਇਹਨੂੰ ਆਪਾਂ ਜ਼ਿਆਦਾ ਕਿਉਂ ਲਗਾਣਾ? ਉਨারে ਤੁਸੀਂ ਲਗਾ ਲਓ ਘੱਟੋ ਘੱਟ ਜਿਹੜੇ ਦਾਗ ਸੀਗੇ ਚਾਰ ਪੰਜ ਸਾਲ ਤੋਂ ਠੀਕ ਨਹੀਂ ਹੋ ਰਹੇ ਸੀਗੇ ਗਿਣਤੀ ਦੇ 5 ਤੋਂ 6 ਦਿਨਾਂ 'ਚ ਰਿਜ਼ਲਟ ਆ ਗਿਆ। ਆਹੋ ਜੀ ਖਾ ਲਓ ਇਹਨੂੰ ਇਹਨੂੰ ਕੀ ਕਹਿੰਦੀ ਆ? ਲਓ। ਨੇਚਰਲ ਬੈਤੀ ਆ ਜੀ ਸਾਡੀ। ਅਸੀਂ ਮੈਂ ਕਿਹਾ ਕਰੀਮ ਕੋਈ ਖਾ ਕੇ ਦਿਖਾ ਦੇਵੇ ਆਪਣੀ। ਬੜੀਆਂ ਬਜ਼ਾਰ 'ਚੋਂ ਮਿਲਦੀਆਂ ਜੀ। ਲੱਖਾਂ ਦੇ ਹਿਸਾਬ ਨਾਲ ਮਿਲਦੀਆਂ ਨੇ। ਮੈਂ ਕਹਣਾ ਜੀ ਲਓ। ਲਓ। ਇਹਦਾਂ ਲਗਾ ਕੇ ਫਿਰ ਸੇ ਆਪਾਂ। ਥੋੜਾ ਵੀ ਰੰਗ ਵੈਸੇ ਕਿਨੋ ਲਾਲ ਹੋਇਆ ਹੋਇਆ। ਹਾਂਜੀ ਹਾਂਜੀ ਹਾਂਜੀ। ਮੇਰਾ ਵਧੀਆ ਹੋ ਗਿਆ ਸਾਫ਼ ਹੋ ਗਿਆ। બસ ਇਦਾਂ ਕਰਕੇ 2 ਮਿੰਟ ਲਈ ਨਾ ਮ사ਜ ਕਰਕੇ ਇਹਨੂੰ ਇਦਾਂ ਇਦਾਂ ਛੜ ਦੇਣਾ ਹੁੰਦਾ ਬਸ ਅੱਖਾਂ ਤੇ ਕਿਤੇ ਵੀ ਲਗਾ ਸਕਦੇ ਜੀ ਉਹ ਗੁੰਦਾ ਲੱਗ ਕੇ ਨੁਸਖਾ ਹੈ ਜਿਹੜਾ ਰੰਗ ਸਾਫ਼ ਕਰ ਦਿੰਦਾ ਇਹ ਡ੍ਰੌਪਸ ਹੁੰਦੇ ਨੇ ਜੀ ਤਾਂ ਕਿਸੇ ਦਾ ਜਿੱਦਾਂ ਕਾਲਾ ਹੋ ਜਾਂਦਾ ਬਲੈਕ ਹੋ ਜਾਂਦਾ ਉਹਨੂੰ ਸਾਫ਼ ਕਰ ਦਿੰਦਾ ਚਿਹਰਾ ਥੋੜਾ ਜਿਹਾ ਖੇੜ ਉੱਟਦਾ ਜਿਵੇਂ ਕਹਿੰਦੇ ਗਲਾਬ ਦਾ ਫੁੱਲ ਖੇੜ ਜਾਂਦਾ ਉਦਾਂ ਹੀ ਚਿਹਰਾ ਖੇੜ ਜਾਂਦਾ ਜੀ ਤੂ ਕੀ ਹੁਣ ਕਾਲੇ ਧੱਬੇ ਨਹੀਂ ਹੈਗੇ ਕੋਈ ਦਾਗ ਨਹੀਂ ਹੈਗੇ ਮਤਲਬ ਕਿ ਜਿਹੜਾ ਬੰਦਾ ਦੇਖਦਾ ਵੀ ਉਹ ਕਹਿੰਦਾ ਕੋਈ ਸਕਿਨ ਦਾ ਟ੍ਰੀਟਮੈਂਟ ਕਰਾਇਆ ਪਹਿਲਾਂ ਕਿ ਨਾ ਸਰਜਰੀ ਹੋਏਗੀ ਤਾਂ ਸਹੀ ਹੋਣੇ ਨੇ ਅੱਛਾ ਅਜੇ ਤੱਕ ਪਹੁੰਚ ਗਈ ਸੀਗਾ ਹਾਂ ਬਿਲਕੁਲ ਜੀ ਬਿਲਕੁਲ ਬਟ ਮੈਡੀਸਨਲ ਸੋਚੋ 100% ਬਿਲਕੁਲ ਉਹੀ ਉਹ ਕਹਿ ਰਹੇ ਸੀ ਅਸੀਂ ਕੈਮੀਕਲ ਲਗਾਏ ਨੇ ਉਹਦੇ ਨਾਲ ਸਾਡਾ ਚਿਹਰਾ ਨਾ ਬਲੈਕ ਹੋ ਗਿਆ ਜਦੋਂ ਛੱਡੀ ਅਸੀਂ ਉਧਰ ਭਾਜੀ ਤੁਸੀਂ ਲਾ ਲਓ 40 ਜੇ ਨੀਅਰ ਬਾਉਂਡ 3000 ਰੁਪਏ ਲਾ ਦਿੱਤਾ ਸੀਗਾ ਬਟ ਰਿਜ਼ਲਟ ਨਹੀਂ ਮਿਲਿਆ ਸੀ ਕੋਈ ਪਰ ਇਧਰੋਂ ਜਿਹੜੀ ਮੈਡੀਸਨ ਆਪਾਂ ਲਈ ਹੈ ਸਕਿਨ ਦੀ ਮਤਲਬ ਇਹ ਲਗਦਾ ਭਈ 7 ਦਿਨ ਜਿਹੜੇ ਜੀ ਜੀ 4 ਸਾਲਾਂ ਚ ਆਪਣੀ ਠੀਕ ਨਹੀਂ ਹੋਈ ਉਹ 7ਵੇਂ ਦਿਨ ਰਿਜ਼ਲਟ ਆ ਗਿਆ ਸੀ ਕਿ ਹਾਂ ਵੀ ਇਹ ਚੀਜ਼ ਨੂੰ ਅਸਰ ਕਰ ਰਹੀ ਹੈ ਤੇ ਫਰਕ ਪੈ ਰਿਹਾ ਸੀ ਅਸੀਂ ਨਾ ਪਹਿਲਾਂ ਜਦੋਂ ਕੋਰੀਅਰ ਬਹੁਤ ਗਏ ਨੇ ਰੁਕੀ ਸਾਹਿਬ ਬਹੁਤ ਕੋਰੀਅਰ ਗਏ ਨੇ ਕੁਝ ਲੋਕ ਜਿੱਦਾਂ ਆ ਨਹੀਂ ਸਕਦੇ ਆ ਦੇਖੋ ਕੋਰੀਅਰ ਹੀ ਕੋਰੀਅਰ ਪਏ ਨੇ ਇਧਰ ਮਾਰਾਂਗੇ ਤੁਸੀਂ ਹਜੇ ਬਹੁਤ ਪੈਕ ਕਰਨ ਵਾਲੇ ਵੀ ਨਹੀਂ ਨੇ ਤੁਸੀਂ ਆ ਗਏ ਅਸੀਂ ਪੈਕ ਕਰ ਰਹੇ ਸੀਗੇ ਖਿਡਾਰੀਆਂ ਦੇ ਬੜੇ ਕਾਲ ਆਏ ਮੈਨੂੰ ਉਹ ਕਹਿ ਰਹੇ ਜੀ ਕਿ ਅਸੀਂ ਜਦੋਂ ਖੇਡਣ ਜਾਂਦੇ ਹਾਂ ਕਿਉਂਕਿ ਹੁਣ ਧੁੱਪਾਂ ਸ਼ੁਰੂ ਹੋਣ ਵਾਲੀਆਂ ਨੇ ਕੋਈ ਦੌੜ ਵਾਲਾ ਹੈ ਕੋਈ ਐਥਲੈਟਿਕਸ ਹੈ ਕੋਈ ਵਾਲੀਬॉल ਹੈ ਕੋਈ ਫੁੱਟਬਾਲ ਹੈ ਉਹ ਕਹਿੰਦੇ ਵੀ ਤੂੰ ਅਸੀਂ ਲਗਾਤਾਰ ਧੁੱਪ ਦੇ ਵਿੱਚ ਰਹਿੰਨੇ ਤਾਂ ਸਾਡੀ ਸਕਿਨ ਜਿਹੜੀ ਮਰ ਜਾਂਦੀ ਹੈ ਡਲ ਹੋ ਜਾਂਦੀ ਹੈ ਉਹਦੇ ਤੇ ਕੰਮ ਕਰੇਗਾ ਉਮਰ ਤੋਂ ਪਹਿਲਾਂ ਜਿਹੜੀਆਂ ਝੁਰੜੀਆਂ ਪੈ ਜਾਂਦੀਆਂ ਨੇ ਝੁਰੜੀਆਂ ਪੈ ਜਾਂਦੀਆਂ ਨੇ ਸਾਡੇ ਫੇਸ ਦੇ ਉੱਤੇ ਉਹਦੇ ਤੇ ਵੀ ਕੰਮ ਕਰੇਗਾ ਹੁਣ ਕਿੰਨਾ ਫਰਕ ਆ ਹੁਣ ਕਿੰਨੇ ਦਿਨ ਹੋ ਗਏ ਹੋ ਜੀ ਹੁਣ ਤਾਂ ਬਿਲਕੁਲ ਹੀ ਨਹੀਂ ਰਹਿ ਗਏ ਨਾ ਦਾਗ ਦੱਬੇ ਖਤਮ ਹੀ ਹੋ ਗਏ ਨੇ ਹੁਣ ਤਾਂ ਕੋਈ ਕਹਿ ਹੀ ਨਹੀਂ ਸਕਦਾ ਕਿ ਫੇਸ ਦੇ ਦਾਗ ਦਬੇ ਸੀਗੇ ਮੇਰੇ ਨਾਲ ਇੰਨਾ ਕੀ ਲਗਾਣਾ ਜੀ ਬਸ ਇਹ ਦੋ ਤਿੰਨ ਫੁਆਰੀ ਮਾਰੀ ਹਾਂ ਜੀ ਇਹ ਤਾਂ ਜੀ ਬਹੁਤ ਵਧੀਆ ਚੀਜ਼ ਹੈ ਜੀ ਮੈਂ ਇਹ ਵੀ ਲਗਾ ਕੇ ਦਿਖਾ ਦਿੰਦਾ ਮੈਂ ਕਰੀਮ ਦਾ ਲਗਾਤੀ ਮੈਂ ਵੀ ਲਗਾ ਲੈਂਦਾ ਮੇਰੇ ਤੋਂ ਥੋੜਾ ਜਿਆਦਾ ਹੀ ਵੱਜ ਗਿਆ ਕਿਉਂ ਨਹੀਂ ਨਹੀਂ ਲਗਾਣਾ ਨਹੀਂ ਥੋੜੀ ਲਗਾਣਾ ਇਹ ਨਾ ਦੇਖੋ ਇਹ ਨੋ ਆ ਪੀ ਸਕਦੇ ਆ ਕਿਉਂ ਜੇ ਇਸ ਵਿੱਚ ਕੈਮੀਕਲ ਹੋਊਗਾ ਨਾ ਫਰੂਕੀ ਸਾਹਿਬ ਕੋਈ ਵੀ ਪੀ ਨਹੀਂ ਸਕਦਾ ਇਹ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕੀ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਪਿਛਲੀ ਵਾਰ ਅਸੀਂ ਤੁਹਾਨੂੰ ਇਹ ਕੁਦਰਤੀ ਫੁਹਾਰਾ ਦਿਖਾਇਆ ਸੀ ਜਿਸ ਦੇ ਵਿੱਚ ਜਿਸ ਨੂੰ ਲੈ ਕੇ ਬਹੁਤ ਸਾਰੇ ਦਾਅਵੇ ਨੇ ਜਿਹੜੇ ਡਾਕਟਰ ਅਮਨਪ੍ਰੀਤ ਹੋਰਾ ਨੇ ਤੇ ਡਾਕਟਰ ਪਰਮਜੀਤ ਕੌਰ ਹੋਰਾ ਨੇ ਕਿਹਾ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਇਹ ਫੁਆਰੇ ਨੂੰ ਇਸਤੇਮਾਲ ਕਰਨਾ ਸਿੱਖ ਜਾਏਗਾ ਉਹ ਜਿਹੜਾ ਉਸ ਦਾ ਉਹਦੇ ਮੂੰਹ ਦੇ ਉੱਤੇ ਛਾਈਆਂ, ਕਿਲ, ਫਿੰਸੀਆਂ, ਫੋੜੇ ਜਿੰਨਾ ਵੀ ਕੁਝ ਹੈ ਉਹ ਪਾਣੀ ਦੀ ਤਰ੍ਹਾਂ ਸਾਫ਼ ਹੋ ਜਾਣਗੇ ਸੋ ਉਸ ਤੋਂ ਬਾਅਦ ਸਾਨੂੰ ਬਹੁਤ ਸਾਰੇ ਫੋਨ ਕਾਲ ਆਏ ਬਹੁਤ ਸਾਰੀਆਂ ਈਮੇਲਸ ਆਈਆਂ WhatsApp ਦੇ ਉੱਤੇ ਮੈਸੇजेस ਆਏ ਕਿ ਇਸ ਦਾ ਬੈਸਟ ਰਿਜ਼ਲਟ ਹੈਗਾ ਉਹ ਕਿਵੇਂ ਲਿਆ ਜਾ ਸਕਦਾ ਕਿਸ ਤਰੀਕੇ ਨਾਲ ਇਹਨੂੰ ਇਸਤੇਮਾਲ ਕਰੀਏ ਕਿ ਜਿਹੜਾ ਸਾਨੂੰ ਬੈਸਟ ਰਿਜ਼ਲਟ ਮਿਲ ਸਕੇ ਤਾਂ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮੇਰੇ ਸੱਜੇ ਪਾਸੇ ਡਾਕਟਰ ਅਮਨਪ੍ਰੀਤ ਜੀ ਔਰ ਮੇਰੇ ਖੱਬੇ ਪਾਸੇ ਡਾਕਟਰ ਸਾਈਬਾ ਨੇ ਡਾਕਟਰ ਪਰਮਜੀਤ ਕੌਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਇਹ ਵੀਡੀਓ ਪਿਛਲੇ ਲਈ ਬਹੁਤ ਮਕਬੂਲ ਹੋਈ ਸੀ ਉਸ ਤੋਂ ਬਾਅਦ ਇਹ ਸਵਾਲ ਜਵਾਬ ਜਿਹੜੇ ਅਸੀਂ ਖਾਸ ਕਰਕੇ ਤੁਹਾਡੇ ਲਈ ਕਰਨ ਪਹੁੰਚੇ ਤੇ ਡਾਕਟਰ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਹਾਂਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਅੱਜ ਤੁਸੀਂ ਦੂਜੀ ਵਾਰ ਆਏ ਹੋ ਆਪਾਂ ਪਹਿਲੀ ਵੀਡੀਓ ਬਣਾਈ ਸੀ ਉਹ ਬਹੁਤ ਵਧੀਆ ਉਹਦੇ ਰਿਜ਼ਲਟ ਮਿਲੇ ਆ ਲੋਕਾਂ ਨੇ ਬਹੁਤ ਧੰਨਵਾਦ ਕੀਤਾ ਜੀ ਉਹਦੇ ਜੀ 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 ਅੱਛਾ ਇੱਕ ਗੱਲ ਇਹ ਦੱਸੋ ਕਿ ਇਹ ਜਿਹੜਾ ਫੁਆਰਾ ਤੁਸੀਂ ਬਣਾਇਆ ਇਲੈਕਟਰੋ ਹੋਮੀਓਪੈਥੀ ਦਾ ਇਹ ਫੁਆਰਾ ਹੈ ਤੇ ਇਹਨੂੰ ਇੰਨੇ ਜ਼ਿਆਦਾ ਲੋਕਾਂ ਦੇ ਵਿੱਚ ਮਕਬੂਲੀਅਤ ਦਾ ਕਾਰਨ ਕੀ ਬਣਿਆ ਬਹੁਤ ਲੋਕਾਂ ਨੇ ਮੈਨੂੰ ਫੋਨ ਕਾਲ ਕੀਤੇ ਇਵਨ ਕਿ ਵਟਸਐਪ ਦੇ ਉੱਤੇ ਮੈਸੇਜਸ ਲਗਾਤਾਰ ਹੁੰਦਾ ਕਾਰੇ ਨੇ ਹਾਂਜੀ ਇਹਦਾ ਕਾਰਨ ਵੀਰੁਕੀ ਸਾਹਿਬ ਇਹ ਆ ਜਿਹੜਾ ਇਹ ਫੁਆਰਾ ਨਹੀਂ ਹੈਗਾ ਇੱਕ ਇੱਕ ਸਜੀਵਣੀ ਮੰਨੀ ਗਈ ਆ ਜੀ ਜਿਨੇ ਜਿਨੇ ਯੂਜ਼ ਕੀਤਾ ਨਾ ਉਹਨੇ ਧੰਨਵਾਦੀ ਕੀਤਾ ਜੀ ਇੱਕ ਲੇਡੀ ਦਾ ਮੈਨੂੰ ਫੋਨ ਆਇਆ ਸੀ ਵੀਰੁਕੀ ਸਾਹਿਬ ਉਹ ਕਹਿੰਦੀ ਜੀ ਜਦੋਂ ਮੈਂ ਆਪਣੀ ਬੇਟੀ ਨੂੰ ਕਹਿੰਨੀ ਅੱਜ ਮੈਂ ਤੇਰੇ ਨਾਲ ਕਿਤੇ ਚੱਲਦੀਆਂ ਜਾਂ ਸਕੂਲ ਜਾਂ ਉਹ ਕਹਿੰਦੀ ਮम्मा ਤੁਸੀਂ ਨਹੀਂ ਜਾਣਾ ਮੈਂ ਪਾਪਾ ਨੂੰ ਲੈ ਕੇ ਜਾਣਾ ਕਹਿੰਦੀ ਮੇਰਾ ਫੇਸ ਇੰਨਾ ਖਰਾਬ ਹੋ ਚੁੱਕਿਆ ਸੀਗਾ ਕਹਿੰਦੀ ਜਦੋਂ ਮੈਂ ਤੁਹਾਡੀ ਵੀਡੀਓ ਸੁਣੀ ਕਹਿੰਦੀ ਮੈਂ ਤੁਹਾਨੂੰ ਕਾਲ ਲਾਈ ਕਹਿੰਦੀ ਮੈਂ ਕਹਾਂ ਜੀ ਮੈਨੂੰ ਇਹ ਚੀਜ਼ ਚਾਹੀਦੀ ਆ ਕਹਿੰਦੀ ਮੈਂ ਉਦੋਂ ਤੁਹਾਨੂੰ ਦੱਸਿਆ ਨਹੀਂ ਅੱਜ ਦੱਸ ਰਹੀ ਆ ਕਹਿੰਦੀ ਮੈਂ ਤੁਹਾਡੇ ਤੋਂ ਮੈਡੀਸਨ ਮੰਗਾਈ ਹਜੇ ਮੈਨੂੰ 10 ਦਿਨ ਹੋਏ ਨੇ ਯੂਜ਼ ਕਰਦੀ ਨੇ ਮੇਰਾ ਰੰਗ ਬਹੁਤ ਸਾਫ਼ ਹੋਣ ਲੱਗਿਆ ਉਹੀ ਬੇਟੀ ਅੱਜ ਮੈਨੂੰ ਕਹਿੰਦੀ ਐ ਮੰਮਾ ਤੁਸੀਂ ਚੱਲਿਆ ਕਰੋ ਦੇਖੋ ਰਿਅਲਟ ਬੋਲਦੇ ਨੇ ਜੀ ਅਸੀਂ ਨਹੀਂ ਲੋਕ ਸਾਨੂੰ ਜਦੋਂ ਆ ਕੇ ਇਹ ਚੀਜ਼ਾਂ ਦੱਸਦੇ ਨੇ ਸਾਨੂੰ ਬਹੁਤ ਵਧੀਆ ਲੱਗਦਾ ਫਰੁਕੀ ਸਾਹਿਬ ਜਿਹੜੇ ਚੈਲੰਜ ਮੈਂ ਕਿਹਾ ਸੀ ਉਹ ਚੈਲੰਜ ਨੂੰ ਬਹੁਤ ਵਧੀਆ ਨਵਾਇਆ ਇਸ ਸਾਡੀ ਮੈਡੀਸਨ ਨੇ ਮੈਂ ਤੁਹਾਨੂੰ ਵੀ ਚੈਲੰਜ ਕੀਤਾ ਸੀ ਪਿਛਲੀ ਵੀਡੀਓ ਚ ਤੁਸੀਂ ਪਹਿਲੀ ਵੀਡੀਓ ਕੱਢ ਲਓ ਤੇ ਹੁਣ ਵਾਲੀ ਕੱਢ ਲਿਓ ਹਣਾ ਉਹਦੇ ਚ ਦੇਖ ਲਓ ਕੀ ਫਰਕ ਆ ਆਪਣੇ ਆਪ ਹੀ ਪਤਾ ਲੱਗ ਜਾਣਾ ਤੁਹਾਨੂੰ ਜੀ ਬਿਲਕੁਲ ਕਾਫੀ ਹੱਦ ਤੱਕ ਫਰਕ ਹੈ ਤੇ ਇੱਕ ਛੇ ਇੱਕ ਗੱਲ ਦੱਸੋ ਜਿਹੜੀ ਲੇਡੀਜ਼ ਇੱਥੇ ਮੇਰੇ ਬੈਠੇ ਬੈਠੇ ਆਏ ਸੀ ਉਹ ਕਹਿ ਰਹੇ ਸੀ ਕਿ ਜੀ ਮੈਨੂੰ ਲਗਭਗ ਲਗਭਗ 6-7 ਸਾਲ ਹੋ ਗਏ ਐਲੋਪੈਥੀ ਮੈਡੀਸਿਨ ਖਾਂਦਿਆਂ ਨੂੰ ਕਰੀਮਾਂ ਫੇਸ ਦੇ ਉੱਤੇ ਲਗਾਉਂਦੇ ਨੇ ਮੇਰੇ ਛਾਈਆਂ ਨੇ ਜਿਹੜੀਆਂ ਉਹ ਨਹੀਂ ਜਾਂਦੀਆਂ ਜਦੋਂ ਤੱਕ ਤਾਂ ਅਸੀਂ ਮੈਡੀਸਿਨ ਅਸੀਂ ਦਵਾਈ ਹੈਗੀ ਜਿਹੜੀ ਖਾਂਦੇ ਆ ਉਦੋਂ ਤੱਕ ਤਾਂ ਠੀਕ ਹੈ ਉਸ ਤੋਂ ਬਾਅਦ ਚਿਹਰਾ ਹੋਰ ਜ਼ਿਆਦਾ ਖਰਾਬ ਹੋ ਜਾਂਦਾ ਦੇਖੋ ਬਰ ਜਦੋਂ ਆਪਾਂ ਕੈਮੀਕਲਸ ਯੂਜ਼ ਕਰਾਂਗੇ ਆਪਾਂ ਨੂੰ ਦਿੱਕਤ ਆਣੀ ਆਣੀ ਆ ਜੇ ਆਪਾਂ ਕੁਦਰਤ ਤੋਂ ਦੂਰ ਜਾਵਾਂਗੇ ਤਾਂ ਵੀ ਆਪਾਂ ਥੋੜਾ ਜਿਹਾ ਹਨਾ ਉਹ ਚੀਜ਼ ਤੋਂ ਆਪਾਂ ਜਦੋਂ ਅਲੱਗ ਹੋ ਜਾਂਦੇ ਆ ਕੁਦਰਤ ਤੋਂ ਕੁਦਰਤ ਫਿਰ ਆਪਾਂ ਨੂੰ ਕਹਿੰਦੀ ਹੈ ਜੀ ਤੁਸੀਂ ਇਸ ਪਾਸੇ ਜਾਓ ਮੇਰੇ ਨਾਲ ਜਦੋਂ ਦੂਰ ਜਾ ਰਹੇ ਹੋ ਤਾਂ ਫਿਰ ਆਪਾਂ ਨੂੰ ਇਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਦੇਖੋ ਜੀ ਕੁਦਰਤ ਨਾਲ ਜੁੜਾਂਗੇ ਕੁਦਰਤ ਦੀ ਆਪਾਂ ਜਿਹੜੀਆਂ ਆਪਣੀਆਂ ਜਿਹੜੀ ਬੂਟੀਆਂ ਨੇ ਉਹਨਾਂ ਨਾਲ ਜੁੜਾਂਗੇ ਆਪਾਂ ਨੂੰ ਰਿਜ਼ਲਟ ਵਧੀਆ ਮਿਲਣਗੇ ਆਪਣੀ ਗਲੋ ਜਿਹੜੀ ਆਪਣੇ ਉਦਾਂ ਹੀ ਰਹੂਗੀ ਆਪਣੇ ਫੇਸ ਤੇ ਜਿਹੜੇ ਆ ਆਪਣੇ ਵਧੀਆ ਤਰੀਕੇ ਨਾਲ ਆਪਾਂ ਜਿੰਦਗੀ ਜੀ ਸਕਦੇ ਆ ਅੱਛਾ ਇਹ ਦੱਸੋ ਵੀ ਇਹ ਕਰਦਾ ਇਸ ਤਰ੍ਹਾਂ ਦਾ ਫੁਹਾਰਾ ਕਰਦਾ ਕੀ ਹੈ ਰੰਗ ਗੋਰੇ ਕਰਦਾ ਜਿਵੇਂ ਪਹਿਲਾਂ ਵੀ ਮੈਂ ਤੁਹਾਡੇ ਕੋਲ ਪੁੱਛਿਆ ਸੀ ਬਹੁਤ ਲੋਕਾਂ ਨੇ ਕਿਹਾ ਕਿ ਸਾਹਮਲੇ ਤੋਂ ਜਿਹੜਾ ਰੰਗ ਹੈਗਾ ਉਹ ਥੋੜਾ ਜਿਹਾ ਜਿਹੜਾ ਅਸੀਂ ਕਹਿੰਦੇ ਕਿ ਸਾਫ ਵਾਲੇ ਪਾਸੇ ਨੂੰ ਆ ਗਿਆ ਜ਼ਿਆਦਾ ਨਹੀਂ ਥੋੜਾ ਜਿਹਾ ਸਾਫ ਵਾਲੇ ਪਾਸੇ ਨੂੰ ਆ ਗਿਆ ਅਜਿਹੇ ਦੇ ਵਿੱਚ ਕੀ ਪਾਇਆ ਹੋਇਆ ਜੀ ਇਹਦੇ ਵਿੱਚ ਕੁਝ ਨਹੀਂ ਜੀ ਮੈਡੀਸਨ ਆ ਇੱਕ ਇਲੈਕਟ੍ਰੋਪੈਥੀ ਮੈਡੀਸਨ ਆ ਮੈਂ ਪਹਿਲਾਂ ਵੀ ਦੱਸਿਆ ਹੋਇਆ ਸਮਝਾਇਆ ਹੈ ਕਾਫੀ ਇੱਕ ਇਲੈਕਟ੍ਰੋਪੈਥੀ ਮੈਡੀਸਨ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਕੰਬੀਨੇਸ਼ਨ ਬਣਾ ਕੇ ਇੱਕ ਆਪਾਂ ਇਹ ਸਪਰੇਅ ਤਿਆਰ ਕਰ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਬਿਲਕੁਲ ਨੇਚਰੋਪੈਥੀ ਆ ਮੈਂ ਪਹਿਲਾਂ ਵੀ ਪੀ ਕੇ ਦਿਖਾਈ ਸੀ ਇਹ ਤੇ ਇਹਦੇ ਵਿੱਚ ਜੇ ਕੈਮੀਕਲ ਹੋਵੇ ਨਾ ਫਰੂਕੀ ਸਾਹਿਬ ਕੋਈ ਪੀਂਦਾ ਨਹੀਂ ਹੁੰਦਾ ਮੈਂ ਇਹਨਾਂ ਨੂੰ ਪੀ ਕੇ ਦਿਖਾਈ ਸੀਗੀ ਇਸੇ ਕਰਕੇ ਵੀ ਜੇ ਤੁਸੀਂ ਇਹਨੂੰ ਤੇ ਨਵੇਂ ਦਰਸ਼ਕ ਨੇ ਉਹਨਾਂ ਨੂੰ ਵੀ ਇੱਕ ਵਾਰ ਜਿਹੜੇ ਹੁਣੇ-ਹੁਣੇ ਤੁਹਾਡੇ ਵੀਡੀਓ ਨਾਲ ਜੁੜੇ ਨੇ ਕਿਵੇਂ ਪੀ ਕੇ ਦਿਖਾਈ ਸੀ ਤੁਸੀਂ ਹਾਂਜੀ ਇਹ ਨਾ ਦੇਖੋ ਇਹਨੂੰ ਆਪਾਂ ਪੀ ਸਕਦੇ ਆ ਕਿਉਂ ਜੇ ਇਹਦੇ ਵਿੱਚ ਕੈਮੀਕਲ ਹੋਊਗਾ ਨਾ ਫਰੂਕੀ ਸਾਹਿਬ ਕੋਈ ਵੀ ਪੀ ਨਹੀਂ ਸਕਦਾ ਇਹਨੂੰ ਯੋ ਇਹਦੇ ਵਿੱਚ ਕੈਮੀਕਲ ਨਹੀਂ ਹੈਗਾ ਕੋਈ ਇਹਨੂੰ ਆਪਾਂ ਪੀ ਵੀ ਸਕਦੇ ਆ ਫੇਸ ਤੇ ਲਗਾ ਵੀ ਸਕਦੇ ਆ ਜਿਹੜਾ ਕੈਮੀਕਲ ਹੁੰਦਾ ਉਹਨੂੰ ਕਦੇ ਵੀ ਆਪਾਂ ਫੇਸ ਤੇ ਵੀ ਲਗਾਵਾਂਗੇ ਤਾਂ ਵੀ ਨੁਕਸਾਨ ਕਰੂਗੇ ਜਾਂ ਪੀਵਾਂਗੇ ਫਿਰ ਤਾਂ ਆਪਾਂ ਹਸਪੀਟਲ ਪਹੁੰਚਣੀ ਪਹੁੰਚਣਾ ਜੀ ਅੱਛਾ ਅੱਛਾ ਇਹ ਦੱਸੋ ਵੀ ਇਹ 100% ਕੁਦਰਤੀ ਜੜੀ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਨੁਸਖਾ ਹੈ ਤੁਹਾਡਾ ਹਾਂਜੀ ਇਹਨਾਂ ਜਿਹੜੇ ਅਰਕ ਕੱਢੇ ਹੁੰਦੇ ਨੇ ਜੀ ਪੌਦਿਆਂ ਦੇ ਜਿਹੜੇ ਆਪਣੇ ਪੌਦੇ ਨੇ ਉਹਨਾਂ ਦਾ ਅਰਕ ਕੱਢਿਆ ਹੁੰਦਾ ਉਹਦੀ ਮੈਡੀਸਨ ਲੈਟਰ ਪੈਤੀ ਬਣਦੀ ਹੈ ਉਹਦੇ ਤੋਂ ਅੱਗੋਂ ਫਿਰ ਅਸੀਂ ਇਹ ਇਦਾਂ ਦੀਆਂ ਸਿਕਨ ਤੇ ਜਾਂ ਕਿਸੇ ਵੀ ਬਿਮਾਰੀ ਤੇ ਆਪਾਂ ਇਲਾਜ ਜਿਹੜਾ ਕਰਦੇ ਆ ਉਹ ਆਪਾਂ ਮੈਡੀਸਨ ਕਰਦੇ ਆ ਅੱਛਾ ਡਾਕਟਰ ਜੀ ਗੱਲ ਹੋਰ ਦੱਸੋ ਫਲਵੇਰੀ ਦਾ ਟ੍ਰੀਟਮੈਂਟ ਹੈ ਬਹੁਤ ਮੈਂ 10 10 ਸਾਲ 20 20 ਸਾਲ ਮੈਨੂੰ ਹੋ ਗਏ ਲੋਕਾਂ ਦੇ ਚਿਹਰੇ ਦੇਖਦੇ ਆ ਜਿਹੜੇ ਮੇਰੇ ਆਲੇ ਦੁਆਲੇ ਸਾਡੇ ਗੁਆਣ ਚ ਸਾਡੇ ਕੰਮਕਾਰ ਦੇ ਨਾਲ ਮੁਤਲਕ ਜਿਹੜੇ ਲੋਕ ਹੈਗੇ ਨੇ ਬਹੁਤ ਲੋਕਾਂ ਨੂੰ ਫਲਵੇਰੀ ਤੋਂ ਖਿਹੜਾ ਨਹੀਂ ਛੁੱਟਦਾ ਦਿੱਕਤ ਪਰੇਸ਼ਾਨੀ ਰਹਿੰਦੀ ਹੈ ਇਹ ਉਹਦੇ 'ਚ ਕੁਝ ਕੁਝ ਕੰਮ ਕਰੇਗਾ ਜਿਹੜੀ ਨਾ ਫਲਵੇਰੀ ਆ ਰੁਕੀ ਸਾਹਿਬ ਬਹੁਤ ਹੀ ਲੋਕਾਂ ਨੇ ਇਹ ਭਿਆਨਕ ਬਿਮਾਰੀ ਬਣਾ ਦਿੱਤੀ ਆ ਵੀ ਇਹ ਠੀਕ ਨਹੀਂ ਹੁੰਦੀ ਲੇਕਿਨ ਇਲੈਕਟ੍ਰੋਪੈਥੀ ਵਿੱਚ ਇਹਦੇ ਰਿਜ਼ਲਟ ਬਹੁਤ ਵਧੀਆ ਨੇ ਜੀ ਮੈਂ ਰਿਜ਼ਲਟ ਲੈ ਹੋਏ ਨੇ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਇਹਦੇ ਵਿੱਚ ਇਹਦੇ 'ਚ ਫੁਵਾਰਾ ਹੁੰਦਾ ਦੇਖੋ ਇਹ ਤਾਂ ਆਪਾਂ ਫੈਸਲੇ ਬਣਾਇਆ ਇਹਦੇ ਇੱਕ ਜਾਂ ਫੇਸ ਤੇ ਅੱਛਾ ਫੈਸਲੇ ਵਾਲਾ ਹੈ ਤੁਸੀਂ ਮਾਫ ਕਰਨਾ ਤੁਹਾਨੂੰ ਵਿਚੋਂ ਰੋਕ ਰਿਹਾ ਫਲਵੇਰੀ ਦੀ ਗੱਲ ਵੀ ਅਸੀਂ ਕਰਦੇ ਆ ਫੇਸ ਉੱਤੇ ਕੀ ਕੰਮ ਕਰਦਾ ਜੀ ਇਹ ਫੇਸ ਉੱਤੇ ਜਿੱਦਾਂ ਆਪਣੇ ਛਾਈਆਂ ਹੋ ਗਈਆਂ ਡਾਰਕ ਸਰਕਲ ਹੋ ਗਏ ਅੱਖਾਂ ਦੇ ਥੱਲੇ ਕਿਲ ਮਾਸੇ ਜਾਂ ਕੋਈ ਮਾੜਾ ਮੋਟਾ ਰੰਗ ਕਿਸੇ ਦਾ ਜਿੱਦਾਂ ਕਾਲਾ ਹੋ ਜਾਂਦਾ ਬਲੈਕ ਹੋ ਜਾਂਦਾ ਉਹਨੂੰ ਸਾਫ਼ ਕਰ ਦਈਏ ਅੱਛਾ ਕਾਲ ਰੰਗ ਨੂੰ ਵੀ ਸਾਫ਼ ਕਰਦੇ ਜਿਨ੍ਹਾਂ ਤੇ ਕਾਲੇ ਰੰਗ ਨੇ ਜਿਨ੍ਹਾਂ ਦੇ ਕੁਦਰਤੀ ਦੇਖੋ ਜੀ ਮੈਂ ਬਰੁਕੀ ਸਾਹਿਬ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਇਨਸਾਨ ਦੋ ਹੀ ਨੇ ਇੱਕ ਕਾਲਾ ਇੱਕ ਗੋਰਾ ਦੇਖੋ ਆਪਾਂ ਉਹਨੂੰ ਸੋਨਾ ਦੇਖਾ ਲਾ ਸਕਦੇ ਆ ਆਪਾਂ ਉਹਨੂੰ ਕਾਲੇ ਤੋਂ ਗੋਰਾ ਨਹੀਂ ਕਰ ਸਕਦੇ ਸੋਨਾ ਕਿਵੇਂ ਕਰੂਗਾ ਜੀ ਇਹ ਕਾਲੇ ਬੰਦੇ ਨੂੰ ਸੋਨਾ ਕਿਵੇਂ ਕਰ ਸਕਦਾ ਸੋਨਾ ਜੀ ਉਹਦੇ 글로 ਲਾਊਗਾ ਲਿਆਊਗਾ ਚਿਹਰੇ ਤੇ ਨਾ ਜਿੱਦਾਂ ਹੁਣ ਮੰਨ ਲਓ ਇੱਕ ਡੱਲ ਹੋ ਜਾਂਦਾ ਚਿਹਰਾ ਆਪਣਾ ਆਪਾਂ ਦੇਖਿਆ ਵੀ ਬਹੁਤ ਹਨਾ ਆਪਾਂ ਧੁੱਪੇ ਜਾਂਦੇ ਆ ਡੱਲ ਜਾ ਹੋ ਜਾਂਦਾ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਦੇਖਣ ਨੂੰ ਹੁਣ ਸੋਹਣਾ ਨਹੀਂ ਲੱਗਦਾ ਜਦੋਂ ਇਹ ਆਪਾਂ ਯੂਜ਼ ਕਰਨ ਲੱਗ ਜੰਨੇ ਆਂ ਉਹਦੇ ਤੇ 글로ਅ ਆਣੀ ਸ਼ੁਰੂ ਹੋ ਜਾਂਦੀ ਆ ਚਿਹਰੇ ਦੇ ਉੱਤੇ ਚਿਹਰਾ ਥੋੜਾ ਜਿਹਾ ਖੇੜ ਉੱਠਦਾ ਜਿਵੇਂ ਕਹਿੰਦੇ ਗਲਾਬ ਦਾ ਫੁੱਲ ਖੇੜ ਜਾਂਦਾ ਉਦਾਂ ਹੀ ਚਿਹਰਾ ਖੇੜ ਜਾਂਦਾ ਜੀ ਹਾਂਜੀ ਅੱਛਾ ਅੱਛਾ ਸੋ ਸਾਡੇ ਨਾਲ ਡਾਕਟਰ ਸਾਹਿਬਾਨ ਨੇ ਡਾਕਟਰ ਪਰਮਜੀਤ ਜੀ ਇਥੇ ਖਾਸ ਕਰਕੇ ਮੇਰੇ ਬੈਠੇ ਬੈਠੇ ਬਹੁਤ ਜੜੀਆਂ ਲੇਡੀਜ਼ ਆਈਆਂ ਔਰ ਉਹਨਾਂ ਨੂੰ ਬੜੇ ਤਰੀਕੇ ਨਾਲ ਸਮਝਾਇਆ ਕੀ ਸਮਝਾ ਰਹੇ ਸੀ ਜਿਹੜੀ ਲੇਡੀਜ਼ ਤੁਹਾਡੇ ਕੋਲ ਬੈਠੇ ਸੀ ਇਸ ਹਵਾਰੇ ਬਾਬਤ ਔਰ ਕਰੀਮ ਦੇ ਬਾਬਤ ਉਹ ਕਹ ਰਹੀ ਸੀ ਅਸੀਂ ਕੈਮੀਕਲ ਲਗਾਏ ਨੇ ਉਹਦੇ ਨਾਲ ਸਾਡਾ ਚਿਹਰਾ ਨਾ ਬਲੈਕ ਹੋ ਗਿਆ ਜਦੋਂ ਛੱਡੀ ਅਸੀਂ ਤੇ ਉਹਦੇ ਨਾਲ ਤਾਂ ਕੈਮੀਕਲਸ ਨਾਲ ਹੁੰਦਾ ਹੀ ਹੁੰਦਾ ਬਲੈਕ ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜੇ ਲੋਕ ਕੈਮੀਕਲ ਯੁਕਤ ਕਰੀਮਾਂ ਯੂਜ਼ ਕਰਦੇ ਨੇ ਉਹ ਤਾਂ ਕਹਿੰਦੇ ਸੀ ਮੇਰਾ ਰੰਗ ਸਫੈਦ ਸੀ ਗੋਰਾ ਸੀ ਮੇਰਾ ਰੰਗ ਪਰ ਦਵਾਈਆਂ ਨੇ ਕਾਲਾ ਕਰਤਾ ਇਹ ਪੋਸੀਬਲ ਹੈਗਾ ਜੀ ਹਾਂਜੀ ਹਾਂਜੀ ਉਹ ਜਾਲ ਦਿੰਦੇ ਕੈਮੀਕਲਸ ਜਿਹੜੀ ਬਸ ਇਹਨਾਂ ਨੂੰ ਆਪਣੇ ਵਰਣ ਕਰ ਦਿੰਦ ਨੇ ਉਹ ਫਿਰ ਤੁਸੀਂ ਕੀ ਨੁਸਖਾ ਦਿੱਤਾ ਉਹਨਾਂ ਨੂੰ ਕਿਹਾ ਮੈਡੀਸਨ ਲੈ ਕੇ ਗਏ ਨੇ ਉਹ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਿਹਾ ਇਹ ਕੱਲਾ ਫੁਆਰਾ ਹੀ ਕੰਮ ਕਰਦਾ ਜੀ ਤੁਸੀਂ ਦੇਖੋ ਵੀ ਇਹ ਅਪਲਾਈ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਅਪਲਾਈ ਕਰਨਾ ਹੁੰਦਾ ਜੀ ਸਾਨੂੰ ਬੈਸਟ ਤਰੀਕਾ ਦੱਸੋ ਲੋਕ ਸਾਨੂੰ ਇਹ ਵੀ ਪੁੱਛਦੇ ਰਹੇ ਨੇ ਹਾਂਜੀ ਇਹਨਾਂ ਅੱਜ ਤੁਹਾਨੂੰ ਤਰੀਕਾ ਦੱਸਾਂਗੇ ਦਾ ਲਗਾਉਣ ਦਾ ਕਿਦਾਂ ਕੁਝ ਅਸੀਂ ਨਾ ਪਹਿਲਾਂ ਜਦੋਂ ਕੋਰੀਅਰ ਬਹੁਤ ਗਏ ਨੇ ਰੁਕੀ ਸਾਹਿਬ ਬਹੁਤ ਕੋਰੀਅਰ ਗਏ ਨੇ ਕੁਝ ਲੋਕ ਜਿੱਦਾਂ ਆ ਨਹੀਂ ਸਕਦੇ ਆ ਦੇਖੋ ਕੋਰੀਅਰ ਹੀ ਕੋਰੀਅਰ ਪਏ ਨੇ ਇਧਰ ਮਾਰਾਂਗੇ ਤੁਸੀਂ ਹਜੇ ਬਹੁਤ ਪੈਕ ਕਰਨ ਵਾਲੇ ਵੀ ਨਹੀਂ ਤੁਸੀਂ ਆ ਗਏ ਅਸੀਂ ਪੈਕ ਕਰ ਰਹੇ ਸੀਗੇ ਕਿਉਂ ਹਜੇ ਪੈਕ ਕਰਨੇ ਨੇ ਹੋਰ ਕੋਰੀਅਰ ਕਾਫੀ ਜ਼ਿਆਦਾ ਨੇ ਉਹਦੇ ਵਿੱਚ ਅਸੀਂ ਲਿਖ ਕੇ ਵੀ ਬੋਣੇ ਹੁੰਨੇ ਆ ਜੇ ਤਰੀਕਾ ਕਿਦਾਂ ਲੇਕਿਨ ਲੋਕਾਂ ਨੂੰ ਕਈ ਵਾਰ ਸਮਝ ਨਹੀਂ ਲੱਗਦੀ ਉਹ ਅੱਜ ਉੱਤੇ ਨਾ ਇਸਤੇਮਾਲ ਕਰਕੇ ਦਿਖਾਵਾਂਗੇ ਉਹ ਦੱਸਾਂਗੇ ਕਿਦਾਂ ਵੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਅੱਛਾ ਇਕੱਲਾ ਇਹ ਫੁਆਰਾ ਹੀ ਹੈ ਜਾਂ ਇਹਦੇ ਨਾਲ ਵੀ ਕੁਝ ਹੋਰ ਨੁਸਕਾ ਤੁਸੀਂ ਜੋੜਦੇ ਹੋ ਇਹਦੇ ਵਿੱਚ ਨਾ ਫਰੂਕੀ ਸਾਹਿਬ ਇੱਕ ਕਰੀਮ ਹੁੰਦੀ ਆ ਇੱਕ ਕ੍ਰੀਮ ਬਾਬਤ ਮੈਨੂੰ ਬੜਾ ਪੁੱਛਿਆ ਜੀ ਇਹ ਕ੍ਰੀਮ ਕਹਿੰਦੇ ਜੀ ਇਹ ਤਾਂ ਮੱਕੀ ਦੇ ਦਾਣੇ ਤੋਂ ਵੀ ਘੱਟ ਲਗਾਉਣੀ ਹੈ ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਜੀ ਇਸ ਤਾਂ ਅਪਲਾਈ ਜ਼ਿਆਦਾ ਕਰ ਲਿਓ ਤਾਂ ਕੋਈ ਨੁਕਸਾਨ ਤਾਂ ਨਹੀਂ ਹੈ ਨਹੀਂ ਨੁਕਸਾਨ ਕੋਈ ਨਹੀਂ ਅਬਰੂਕੀ ਸਾਹਿਬ ਜਿੱਦਾਂ ਹੁਣ ਦੇਖੋ ਇਹਨੂੰ ਆਪਾਂ ਜ਼ਿਆਦਾ ਜਦੋਂ ਆਪਣੀ ਇਹ ਆ ਦੇਖੋ ਇੰਨੀ ਕ੍ਰੀਮ ਕੰਮ ਕਰ ਰਹੀ ਆ ਇਹਨੂੰ ਆਪਾਂ ਜ਼ਿਆਦਾ ਕਿਉਂ ਲਗਾਣਾ ਇੰਨੀ ਕੀ ਕ੍ਰੀਮ ਆ ਦੇਖੋ ਜਰਾ ਇੱਕ ਵਾਰ ਜ਼ੂਮ ਆ ਦੇਖੋ ਜੀ ਕੈਮਰਾ ਪਰਸਨ ਨੂੰ ਮੈਂ ਕਹਾਂਗਾ ਸਿਰਫ ਇੰਨੀ ਕੁ ਕ੍ਰੀਮ ਲਗਾਣੀ ਹੈ ਜੀ ਇਹਦੇ ਨਾਲ ਇਹਦੇ ਨਾਲ ਕੀ ਹੋ ਜਾਊ ਇਹਦੇ ਨਾਲ ਕੀ ਹੈ ਜੀ ਬਸ ਫੇਸ ਤੇ ਆਪਾਂ ਇੰਨੇ ਕਿ ਲਗਾ ਕੇ ਪੂਰੇ ਤੇ ਇਹ ਆ ਦੇਖੋ ਇਦਾਂ ਨਾ ਲਗਾ ਕੇ ਫੇਸ ਤੇ ਆਪਾਂ ਤੁਹਾਡਾ ਵੀ ਰੰਗ ਵੈਸੇ ਅੱਗੇ ਨਾਲੋਂ ਲਾਲ ਹੋਇਆ ਹੋਇਆ ਹਾਂਜੀ 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 ਮੇਰਾ ਵਧੀਆ ਹੋ ਗਿਆ ਸਾਫ਼ ਹੋ ਗਿਆ ਆ ਦੇਖੋ ਬਸ ਇਦਾਂ ਕਰਕੇ 2 ਮਿੰਟ ਲਈ ਨਾ ਮ사ਜ ਕਰਕੇ ਇਹਨੂੰ ਇਦਾਂ ਇਦਾਂ ਛੱਡ ਦੇਣਾ ਹੁੰਦਾ ਬਸ ਅੱਖਾਂ ਤੇ ਕਿਤੇ ਵੀ ਲਗਾ ਸਕਦੇ ਆ ਜੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦੇ ਕੁਝ ਨਹੀਂ ਹੈਗਾ ਕਿਤੇ ਵੀ ਲਗਾ ਸਕਦੇ ਮੈਨੂੰ ਤਾਂ ਨਹੀਂ ਖਾਣਾ ਕਿਤੇ ਲੋਕ ਇਹਨੂੰ ਵੀ ਖਾਣ ਲੱਗ ਜਣ ਮੈਂ ਕਹਾਂ ਜੀ ਖਾ ਲੋ ਇਹਨੂੰ ਇਹਨੂੰ ਕੀ ਕਹਿੰਦੀ ਆ ਲਓ ਨੇਚਰਲ ਬੈਟੀ ਹੈ ਜੀ ਸਾਡੀ ਅਸੀਂ ਮੈਂ ਕਿਹਾ ਕਰੀਮ ਕੋਈ ਖਾ ਕੇ ਦਿਖਾ ਚਾ ਬੜੀਆਂ ਬਿਯਾਰ ਚੋਂ ਮਿਲਦੀਆਂ ਜੀ ਲੱਖਾਂ ਦੇ ਹਿਸਾਬ ਨਾਲ ਮਿਲਦੀਆਂ ਨੇ ਮੈਂ ਖਾਣਾ ਜੀ ਲੋ ਲੋ ਮੈਂ ਕਹਾਂ ਜੀ ਅਗਲੇ ਨੇ ਕਹਣਾ ਜੀ ਫੁਆਰਾ ਦਾ ਖਾ ਕੇ ਉਹ ਪੀ ਕੇ ਦਿਖਾਤਾ ਕਰੀਮ ਨਹੀਂ ਦਿਖਾਈ ਮੇਰੀ ਨੈਚਰੋਪੈਥੀ ਹੈ ਜੀ ਮੈਨੂੰ ਪਤਾ ਮੈਂ ਕੋਈ ਕੈਮੀਕਲ ਨਹੀਂ ਪਾਇਆ ਮੈਂ ਚਾਹੇ ਇਹਨੂੰ ਖਾ ਲਵਾਂ ਚਾਹੇ ਮੈਂ ਲਗਾ ਲਵਾਂ ਇਹਨੂੰ ਕੁਝ ਕਰੀ ਜਾਵੇਂ ਜੀ ਇਹਦੇ ਨਾਲ ਮੈਂ ਕੁਝ ਵੀ ਨਹੀਂ ਹੈ ਚਲੋ ਪਰ ਤੁਸੀਂ ਖਾਣਾ ਨਹੀਂ ਹੈ ਇਹ ਖਾਣ ਵਾਸਤੇ ਨਹੀਂ ਹੈ ਖਾਣੀ ਨਹੀਂ ਹੈ ਔਰ ਕਿਤੇ ਖਾਣ ਲਾਈ ਜੀ ਸਪੈਸ਼ਲ ਦੱਸ ਦਿਓ ਜੀ ਮੈਂ ਕਹਾਂ ਜੀ ਇਹਨੂੰ ਖਾਣਾ ਨਹੀਂਗਾ ਲਗਾਉਣਾ ਹੀ ਹੈ ਇਹ ਤਾਂ ਮੈਂ ਨਾ ਇੱਕ ਦੱਸਿਆ ਮੈਨੂੰ ਲੋਕ ਬਹੁਤ ਨਾ ਵਿੱਚ ਫੋਨ ਕਰਕੇ ਚੰਗੀ ਤਰ੍ਹਾਂ ਸਮਝਾਇਆ ਵੀ ਹੁੰਦਾ ਵੀਡੀਓ ਵਿੱਚ ਇਹ ਚ ਕੋਈ ਕੈਮੀਕਲ ਨਹੀਂ ਲੇਕਿਨ ਲੋਕ ਨੇ ਫਿਰ ਵੀ ਸਾਨੂੰ ਫੋਨ ਕਰਕੇ ਕਹਿੰਦੇ ਨੇ ਜੀ ਡਾਕਟਰ ਸਾਹਿਬ ਕਿਤਾ ਕੈਮੀਕਲ ਤਾਂ ਨਹੀਂ ਵੀ ਸਾਡਾ ਫੇਸ ਜਿੱਦਾਂ ਕੈਮੀਕਲ ਅਸੀਂ ਲਗਾ ਕੇ ਉਦੋਂ ਹੀ ਖਰਾਬ ਤਾਂ ਨਹੀਂ ਹੋ ਜੂ ਕਿਉਂਕਿ ਮਾਰਕੀਟ ਦੇ ਵਿੱਚ ਚੱਲਣ ਦਾ ਬਹੁਤ ਕੁਝ ਰਿਹਾ ਨਾ ਜੀ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਹੋਰ ਕਰੀਮਾਂ ਲਾ ਕੇ ਆਪਣਾ ਫੇਸ ਦੇ ਦਿਖਾਤੀ ਜੀ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਹੈਗਾ ਬਿਲਕੁਲ ਨੇਚਰਲ ਬੈਤੀ ਹੈ ਜਿੱਦਾਂ ਮਰਜ਼ੀ ਲਗਾਓ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦੇ ਅੱਛਾ ਹੋਰ ਕੀ ਇਹ ਤਾਂ ਚਲੋ ਇੱਕ ਕਰੀਮ ਹੋ ਗਈ ਇੱਕ ਫੁਹਾਰਾ ਹੋ ਗਿਆ ਇਸ ਤੋਂ ਇਲਾਵਾ ਵੀ ਤੁਸੀਂ ਸਮਝਾਈਆਂ ਸੀ ਦੋ ਬੂੰਦਾ ਲਾ ਕੇ ਨੁਸਖਾ ਹੈ ਜਿਹੜਾ ਰੰਗ ਸਾਫ਼ ਕਰ ਦਿੰਦਾ ਇਹ ਡ੍ਰੌਪਸ ਹੁੰਦੇ ਨੇ ਜੀ ਇੱਕ ਨੰਬਰ ਡ੍ਰੌਪਸ ਆ ਇਹ ਪਹਿਲਾਂ ਲੈਣਾ ਹੁੰਦਾ ਦੋ ਨੰਬਰ ਇਸ ਤੋਂ ਦੇ ਘੰਟੇ ਬਾਅਦ ਲੈਣਾ ਹੁੰਦਾ ਸਵੇਰੇ ਸ਼ਾਮ ਦੋ ਡ੍ਰੌਪਸ ਨੇ ਇਹ ਦੋਨੇ ਸਵੇਰੇ ਸ਼ਾਮ ਲੈਣੇ ਹੁੰਦੇ ਨੇ ਇੱਕ ਕਰੀਮ ਹੁੰਦੀ ਆ ਇੱਕ ਫਵਾਰਾ ਹੁੰਦਾ ਸਪਰੇ ਹੁੰਦੀ ਆ ਇਹ ਮੈਨੂੰ ਤਾਂ ਆਉਂਦੇ ਮੈਨੂੰ ਤਾਂ ਮੈਨੂੰ ਤਾਂ ਆਉਂਦੇ ਹੁੰਦੇ ਭਲੇਖਾ ਪੈ ਗਿਆ ਸੀ ਪਤਾ ਨਹੀਂ ਡਾਕਟਰ ਸਾਹਿਬ ਮੇਕਅਪ ਕਰਨ ਲੱਗੇ ਨਹੀਂ ਬਰੂਕੀ ਸਾਹਿਬ ਦੇਖੋ ਇਹਨਾਂ ਟਾਈਮ ਵੀ ਨਹੀਂ ਹੁੰਦਾ ਆਪਣੇ ਕੋਲੇ ਜਦੋਂ ਕਿਤੇ ਥੋੜਾ ਬਹੁਤ ਟਾਈਮ ਹੋਇਆ ਤਾਂ ਲਗਾ ਲਈਦੀ ਆ ਵੇ ਅਸੀਂ ਚਲੋ ਸਾਫਾ ਬਹਿਲਾ ਤੋਂ ਹੀ ਹਨਾ ਫੇਸ ਤਾਂ ਆਪਣਾ ਤੇ ਜੇ ਕਿਤੇ ਮਾੜੇ ਮੋਟੇ ਧੁੱਪ ਨਾਲ ਹੁੰਦਾ ਵੀ ਤਾਂ ਅਸੀਂ ਇਹ ਯੂਜ਼ ਕਰਦੇ ਆ। ਇੱਕ ਹੋਰ ਬਹੁਤ ਵੱਡੇ ਮੈਨੂੰ ਬਹੁਤ ਖਿਡਾਰੀਆਂ ਦੇ ਬੜੇ ਕਾਲ ਆਏ। ਚਲੋ ਮੈਂਮ ਤੋਂ ਅਸੀਂ ਸਵਾਲ ਲੈ ਲੈਂਦੇ ਆ। ਡਾਕਟਰ ਸਾਹਿਬਾ ਮੈਨੂੰ ਖਿਡਾਰੀਆਂ ਦੇ ਬੜੇ ਕਾਲ ਆਏ ਮੈਨੂੰ ਉਹ ਕਹ ਰਹੇ ਜੀ ਕਿ ਕੀ ਅਸੀਂ ਜਦੋਂ ਖੇਡਣ ਜਾਂਦੇ ਆ ਕਿਉਂਕਿ ਹੁਣ ਧੁੱਪਾ ਸ਼ੁਰੂ ਹੋਣ ਵਾਲੀਆਂ ਨੇ ਕੋਈ ਦੌੜ ਵਾਲਾ ਹੈ, ਕੋਈ ਐਥਲੈਟਿਕਸ ਹੈ, ਕੋਈ ਵਾਲੀਬॉल ਹੈ, ਕੋਈ ਫੁੱਟਬਾਲ ਹੈ। ਉਹ ਕਹਿੰਦੇ ਵੀ ਜਦੋਂ ਅਸੀਂ ਲਗਾਤਾਰ ਧੁੱਪ ਦੇ ਵਿੱਚ ਰਹਿੰਨੇ ਤਾਂ ਸਾਡੀ ਸਕਿਨ ਜਿਹੜੀ ਮਰ ਜਾਂਦੀ ਹੈ, ਡਲ ਹੋ ਜਾਂਦੀ ਹੈ। ਹਾਂਜੀ ਹਾਂਜੀ ਅਸੀਂ ਖੁਦ ਆਪਣੀ ਬੇਟੀ ਤੇ ਲਗਾਇਓ ਵੀ ਬਾਲੀ ਬਾਲ ਖੇਡਦੀ ਆ ਅੱਛਾ ਉਹਦਾ ਕਾਫੀ ਹੋ ਗਿਆ ਸੀਗਾ ਬਲੈਕ ਹੋ ਗਈ ਸੀ 6 1 ਅੱਛਾ ਇਹ ਬੇਟੀ ਜਿਹੜੀ ਸਾਡੇ ਕੋਲ ਬੈਠੀ ਹਾਂਜੀ ਹੁਣ ਬਿਲਕੁਲ ਸਾਫ ਹੋ ਗਿਆ ਦਾ ਕਲਰ ਜੀ 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 ਸੋ ਅਸੀਂ ਦਿਖਾਵਾਂਗੇ ਤੁਹਾਨੂੰ ਇਹਨੂੰ ਅਪਲਾਈ ਬੈਸਟ ਤਰੀਕਾ ਕੀ ਹੈਗਾ ਇਸ ਕੁਦਰਤੀ ਫੁਹਾਰੇ ਤੋਂ ਕਮ ਲੈਣ ਦਾ ਔਰ ਇਸ ਕਰੀਮ ਤੋਂ ਕਮ ਲੈਣ ਦਾ ਕਿਸ ਤਰੀਕੇ ਨਾਲ ਅਸੀਂ ਜਿਹੜਾ ਆਪਣੇ ਚਿਹਰੇ ਨੂੰ ਨਖਾਰ ਸਕਦੇ ਆ ਤੇ ਡਾਕਟਰ ਸਾਹਿਬ ਇੱਕ ਹੋਰ ਸਵਾਲ ਬੜਾ ਅਹਿਮ ਹੈ ਮੈਨੂੰ ਬਜ਼ੁਰਗਔਰਤਾਂ ਦੇ ਵੀ ਫੋਨ ਆਏ ਬਜ਼ੁਰਗਾਂ ਦੇ ਵੀ ਮੈਨੂੰ ਫੋਨ ਆਏ ਮੈਨੂੰ ਉਹ ਕਹਿੰਦੇ ਨੇ ਇੱਕ ਮੈਨੂੰ ਫੋਨ ਆਇਆ ਜਿਹੜੀ ਸਪੈਸ਼ਲੀ ਫਰੀਦাবাদ ਤੋਂ ਆਈ ਸੀ ਉਹਨਾਂ ਦਾ ਬੜਾ ਅਹਿਮ ਸਵਾਲ ਏ ਸੀ ਕਿ ਜਿਹੜਾ ਇਹ ਫੁਆਰਾ ਹੈ ਜਾਂ ਇਹ ਕਰੀਮ ਹੈ ਜਿਹੜੀ ਤੁਸੀਂ ਇਲੈਕਟ੍ਰੋ ਹੋਮੀਓਪੈਥੀ ਵਾਲੀ ਬਣਾਈ ਹੈ ਉਮਰ ਤੋਂ ਪਹਿਲਾਂ ਜਿਹੜੀਆਂ ਚੁਰੜੀਆਂ ਪੈ ਜਾਂਦੀਆਂ ਨੇ ਚੁਰੜੀਆਂ ਪੈ ਜਾਂਦੀਆਂ ਨੇ ਸਾਡੇ ਫੇਸ ਦੇ ਉੱਤੇ ਉਹਦੇ ਤੇ ਵੀ ਕੰਮ ਕਰੇਗੀ ਉਮਰ ਤੋਂ ਪਹਿਲਾਂ ਜਿਹੜੀਆਂ ਪੈ ਜਾਂਦੀਆਂ ਨੇ ਫਰੁਖੀ ਸਾਹਿਬ ਉਹ ਤੇ ਕੰਮ ਕਰਦੀ ਆ ਜੇ ਹੁਣ ਆਪਣੀ ਉਮਰ ਵੱਧ ਰਹੀ ਆ ਦੇਖੋ ਜੀ ਉਹਦਾ ਕੁਦਰਤੀ ਹਨਾ ਕਰੇ ਸ਼ਮਾ ਹੋ ਜਵੇ ਤਾਂ ਹੋ ਜਵੇ ਆਪਾਂ ਦਾ ਕੋਣ ਹੁੰਨੇ ਆ ਹਨ ਆਪਣੀ ਔਕਾਤ ਤਾਂ ਹੈ ਹੀ ਨਹੀਂ ਇੰਨੀ ਆਪਾਂ ਠੀਕ ਕਰ ਦਾਂਗੇ ਉਮਰ ਤੋਂ ਪਹਿਲਾਂ ਜੇਕਰ ਚਰੂੜੀਆਂ ਪੈਂਦੀਆਂ ਨੇ ਉਹ ਉਹਦਾ ਹੈ ਕੁਝ ਹਾਂਜੀ ਉਹਦਾ ਹੈਗਾ ਉਹ ਹੋ ਜਾਂਦੀਆਂ ਠੀਕ ਅੱਛਾ ਅੱਛਾ ਚਲੋ ਇਹ ਤਾਂ ਹੋ ਗਿਆ ਲੋਕਾਂ ਨੇ ਪਰਹੇਜ਼ ਵੀ ਬੜੇ ਪੁੱਛੇ ਮੇਰੇ ਕੋਲੋਂ ਕਿ ਅਸੀਂ ਮੈਡੀਸਿਨ ਯੂਜ਼ ਕਰ ਰਹੇ ਹਾਂ ਤੇ ਇਹਦੇ ਵਿੱਚ ਪਰਹੇਜ਼ ਸਾਨੂੰ ਕਿਹੜੇ ਦੱਸਣਾ ਉਹ ਵੀ ਸਾਨੂੰ ਦੱਸੋ ਕਿ ਤਾਂ ਬੈਸਟ ਰਿਜ਼ਲਟ ਲੈਣ ਵਾਸਤੇ ਪਰਹੇਜ਼ ਕਿਹੜੇ-ਕਿਹੜੇ ਕਰ ਰੱਖਣਾ ਪਰਹੇਜ਼ ਕੋਈ ਜ਼ਿਆਦਾ ਨਹੀਂ ਹੈਗੇ ਬੁਰਕੀ ਸਾਹਿਬ ਇਹਦੇ ਵਿੱਚ ਅਸੀਂ ਖੱਟੀਆਂ ਚੀਜ਼ਾਂ ਅਚਾਰ ਤਲੀਆਂ ਹੋਈਆਂ ਚੀਜ਼ਾਂ ਫਾਸਟ ਫੂਡ ਵਗੈਰਾ ਜਾਂ ਨਾਨ ਵੇਜ ਇਹ ਬੰਦ ਕਰਦੇ ਆਪਾਂ ਇਹਦੇ ਵਿੱਚ ਆਪਾਂ ਦੁੱਧ ਪਨੀਰ ਫਰੂਟ ਸਲਾਦ ਤੇ ਹਰੀਆਂ ਸਬਜ਼ੀਆਂ ਸੇਵਨ ਜ਼ਿਆਦਾ ਕਰਨ ਨੂੰ ਕਹਿੰਦੇ ਆ ਅੱਛਾ ਇੱਕ ਹੋਰ ਸਵਾਲ ਤੁਸੀਂ ਕਹੋਗੇ ਸਵਾਲ ਤੇ ਸਵਾਲ ਕਿਉਂਕਿ ਮੈਨੂੰ ਸਵਾਲ ਬੜੇ ਆਏ ਨੇ ਲੋਕਾਂ ਨੇ ਮੇਰੀ ਬੈਟਰੀਆਂ ਲੋ ਕਰਕੇ ਰੱਖਦੇ ਨੇ ਤੇ ਇੱਕ ਸਵਾਲ ਹੋਰ ਬੜਾ ਅਹਿਮ ਹੈ ਉਹ ਕਹਿੰਦੇ ਵੀ ਜਿਹੜਾ ਇਹ ਇਹ ਤਾਂ ਨਹੀਂ ਹੋਊਗਾ ਵੀ ਜਦੋਂ ਤੱਕ ਅਸੀਂ ਇਨੂੰ ਲਗਾਉਂਦੇ ਰਹਾਂਗੇ ਜਾਂ ਜਦੋਂ ਜਦੋਂ ਅਸੀਂ ਇਹਨੂੰ ਯੂਜ਼ ਕਰਦੇ ਰਹਾਂਗੇ ਕਰੀਮ ਹੋਵੇ ਫੁਹਾਰਾ ਹੋਵੇ ਉਦੋਂ ਤੱਕ ਸਾਡਾ ਰੰਗ ਸਾਫ਼ ਰਹੇ ਉਦੋਂ ਤੱਕ ਸਾਡਾ ਜਿਹੜਾ ਲਾਲੀਆਂ ਝਗੜਦੀਆਂ ਰਹਿਣ ਚਿਹਰੇ ਦੇ ਉੱਤੇ ਤੇ ਉਸ ਤੋਂ ਬਾਅਦ ਫੇਰ ਇਹ ਡਲਨੈਸ ਵੱਲ ਚਲਾ ਜਾਵੇ ਨਹੀਂ ਜੀ ਨਹੀਂ ਐਦਾਂ ਕੁਝ ਨਹੀਂ ਹੁੰਦਾ ਇਹ ਜਿੰਨੇ ਜਰ ਆਪਾਂ ਲਗਾਨੇ ਆ ਬਹੁਤ ਹੀ ਉਮਾਂ ਲਗਾਉਂਦੇ ਆ ਉਹਨਾਂ ਚਿਰ ਹੀ ਹਨਾ ਉਹਨਾਂ ਦਾ ਰੰਗ ਸਾਫ਼ ਹੁੰਦਾ ਉਸ ਤੋਂ ਬਾਅਦ ਖਰਾਬ ਉਹ ਕੀ ਕਾਰਨ ਹੁੰਦਾ ਜੀ ਉਹ ਕੈਮੀਕਲ ਹੀ ਹੁੰਦੇ ਨੇ ਸਰ ਦੇਖੋ ਹੁਣ ਮੈਂ ਤਾਂ ਕਿਸੇ ਦੀ ਕੰਪਨੀ ਦੇ ਨਾ ਕੋਈ ਮੈਂ ਹਨਾ ਕਮਿਟਮੈਂਟ ਕਰ ਸਕਦਾ ਸਾਨੂੰ ਆਪਣੀ ਮੈਡੀਸਨ ਦਾ ਪਤਾ ਸਾਡੇ ਕੋਲੇ ਕੋਈ ਕੈਮੀਕਲ ਨਹੀਂ ਹੈਗਾ ਦੇਖੋ ਹੋ ਸਕਦਾ ਉਹਨਾਂ ਨੇ ਕੋਈ ਕੈਮੀਕਲ ਯੂਜ਼ ਕੀਤਾ ਹੋਵੇ ਜਾਂ ਕੁਝ ਕੀਤਾ ਹੋਵੇ ਜਿਹੜਾ ਕੁਝ ਦਿਨ ਲਈ ਉਹਨਾਂ ਨੂੰ ਸੋਹਣਾ ਦਿਖਾ ਲਾ ਦਿੰਦੀ ਹੈ ਉਸ ਤੋਂ ਬਾਅਦ ਬਲੈਕ ਹੋ ਜਾਂਦਾ ਉਹਨਾਂ ਦਾ ਕਲਰ ਹਨਾ ਦੇਖੋ ਜਿਹੜੀ ਆਪਣੀ ਮੈਡੀਸਨ ਆ ਇਹਨੂੰ ਜਦੋਂ ਤੁਸੀਂ ਕੋਰਸ ਪੂਰਾ ਕਰ ਲੈਨੇ ਹੋ ਇਹਨੂੰ ਛੱਡ ਦਿੰਨੇ ਹੋ ਨਹੀਂ ਹੁਣ ਮੈਂ ਇੱਥੇ ਇੱਕ ਹੋਰ ਤੁਹਾਨੂੰ ਚੀਜ਼ ਦੱਸਣੀ ਚਾਹਨਾ ਜੇ ਮੰਨ ਲਓ ਆਪਣੇ ਛਾਈਆਂ ਨੇ ਜਾਂ ਆਪਣੇ ਕੋਈ ਫੋੜਾ ਲਗਾ ਲਓ ਜਾਂ ਫੈਂਸੀ ਲਗਾ ਲਓ ਜਦੋਂ ਉਹਦਾ ਆਪਾਂ ਟ੍ਰੀਟਮੈਂਟ ਕਰਾਨੇ ਆ ਜਦੋਂ ਉਹ ਠੀਕ ਹੋਣ ਲੱਗ ਜਾਂਦਾ ਅੱਧੇ ਚਲੇ ਜਾਂਦਾ ਜਦੋਂ ਉਹਨੂੰ ਆਪਾਂ ਛੱਡ ਦਿੰਨੇ ਆ ਅੱਧ ਵਿੱਚ ਉਹ ਦੁਬਾਰਾ ਹੋਣਾ ਹੀ ਹੋਣਾ ਉਹਨੇ ਠੀਕ ਹੈ ਜੀ ਜੇ ਆਪਾਂ ਟ੍ਰੀਟਮੈਂਟ ਆਪਾਂ ਪੂਰਾ ਲਵਾਂਗੇ ਪੂਰਾ ਕੋਰਸ ਕਰਾਂਗੇ ਬਿਲਕੁਲ ਛਾਈਆਂ ਖਤਮ ਹੋ ਜਾਣਗੀਆਂ ਉਸ ਤੋਂ ਬਾਅਦ ਆਪਾਂ ਮੈਡੀਸਿਨ ਬੰਦ ਕਰਾਂਗੇ ਕਦੇ ਵੀ ਤੁਹਾਡੇ ਵਾਪਸ ਛਾਈਆਂ ਨਹੀਂ ਹੋਣਗੀਆਂ ਹਾਂਜੀ ਚਲੋ ਤੇ ਅਸੀਂ ਹੁਣ ਅਪਲਾਈ ਕਰਨ ਦਾ ਬੈਸਟ ਤਰੀਕਾ ਹੈ ਉਹ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਇਹ ਫੁਹਾਰਾ ਹੈਗਾ ਤੇ ਇਹ ਜਿਹੜੀ ਕਰੀਮ ਹੈਗੀ ਹੈ ਇਹਦੇ ਕੋਲੋਂ ਬੈਸਟ ਰਿਜ਼ਲਟ ਕਿਵੇਂ ਲੈ ਜਾ ਸਕਦੇ ਨੇ ਸਾਡੇ ਕੋਲ ਗੁੜੀਆਂ ਬੈਠੀਆਂ ਡਾਕਟਰ ਸਾਹਿਬ ਹੋਰਾਂ ਦੀ ਇਹਨਾਂ ਤੇ ਅਪਲਾਈ ਕੀਤਾ ਸੀ ਜਦੋਂ ਵਾਲੀਬਾਲ ਖੇਡਦੀ ਸੀ ਗੁੜੀਆਂ ਹਾਂਜੀ ਹਾਂਜੀ ਜੀ ਜੀ ਪਲੀਸ ਸਾਨੂੰ ਹੁਣ ਦੱਸੋ ਇਹਨੂੰ ਅਪਲਾਈ ਕਿਵੇਂ ਕਰਨਾ ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਇਹ ਜਿਹੜਾ ਫੁਹਾਰਾ ਹੈ ਇੰਨਾ ਕੀ ਲਗਾਣਾ ਜੀ ਬਸ ਇਹ ਦੋ ਤਿੰਨ ਫੁਆਰੀ ਮਾਰੇ ਬਸ ਇਦਾਂ ਹੀ ਜੀ ਦੋ ਤਿੰਨ ਫੁਆਰੇ ਇਦਾਂ ਹੀ ਮਾਰਨੇ ਨੇ ਮਾਰ ਕੇ ਬਸ ਹੱਥ ਲਗਾ ਕੇ ਜਿੱਦਾਂ ਹੁਣ ਮੈਡਮ ਲਗਾ ਰਹੇ ਨੇ ਉਹਨਾਂ ਦੇ ਇਦਾਂ ਹੀ ਹੱਥ ਲਗਾ ਕੇ ਛੱਡ ਦੇਣਾ ਜੀ ਇਹਨੂੰ ਸਾਰਾ ਦਿਨ ਲੱਗਿਆ ਰਹਿਣ ਦੇਣਾ ਇਦਾਂ ਹੀ ਇਹਨੂੰ ਕੋਈ ਮੂੰਹ ਧੋਣ ਦੀ ਲੋੜ ਨਹੀਂ ਹੈਗੀ ਬਸ ਇਦਾਂ ਲਗਾ ਕੇ ਛੱਡ ਦੇਣਾ ਸਾਰਾ ਦਿਨ ਤੋਂ ਅਸੀਂ ਤੁਹਾਨੂੰ ਸਮਝਾਇਆ ਕਿ ਕਿਸ ਤਰੀਕੇ ਨਾਲ ਇਸ ਜਿਹੜਾ ਨੁਸਖੇ ਦਾ ਕੁਦਰਤੀ ਨੁਸਖੇ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਤੇ ਕਿਸ ਤਰੀਕੇ ਨਾਲ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਾਂਜੀ ਉਹ ਤਾਂ ਜੀ ਕੋਰੀਅਰ ਲੈਣੇ ਸੀਗੇ ਕੋਰੀਅਰ ਤੋਂ ਸੀਗੇ ਅੱਛਾ ਕੋਰੀਅਰ ਲੈਣ ਆਏ ਹੋ ਕੋਰੀਅਰ ਕਿੰਨੇ ਕੁ ਕੋਰੀਅਰ ਨਿਕਲ ਜਾਂਦੇ ਨੇ ਚਲੋ ਤੁਸੀਂ ਦੱਸੋ ਸੱਚੋ ਦੱਸੀ 50 ਦੀ ਐਫਪੀਆ 650 60 ਕੀ ਹੈ ਕੀ ਇਹ ਨੁਸਖਾ ਕੀ ਹੈ ਭਜੀ ਜਦੋਂ ਫੇਸ ਤੇ ਛਾਈਆਂ ਹੁੰਦੀਆਂ ਕਾਲੇ ਦਾਗ ਹੁੰਦੇ ਨੇ ਤੇ ਮੇਰੀ ਵਾਈਫ ਨੇ ਭਲਾ ਇਧਰੋਂ ਲੈ ਕੇ ਗਏ ਨੇ ਮੈਡੀਸਨ ਉਹਨਾਂ ਦੇ ਤੁਸੀਂ ਲਗਾ ਲਓ ਘਟੋ ਘਟ ਜਿਹੜੇ ਦਾਗ ਸੀਗੇ 4-5 ਸਾਲ ਤੋਂ ਠੀਕ ਨਹੀਂ ਹੋ ਰਹੇ ਸੀਗੇ ਗਿਣਤੀ ਦੇ 5 ਤੋਂ 6 ਦਿਨਾਂ 'ਚ ਰਿਜ਼ਲਟ ਆ ਗਿਆ ਕਿ ਉਹਨਾਂ ਜਿਹੜੇ ਦਾਗ ਸੀਗੇ ਬਿਲਕੁਲ ਵਾਸ਼ ਹੋ ਗਏ ਨੇ ਕੋਈ ਹੁਣ ਕਾਲੇ ਧੱਬੇ ਨਹੀਂ ਹੈਗੇ ਕੋਈ ਦਾਗ ਨਹੀਂ ਹੈਗੇ ਮਤਲਬ ਕਿ ਜਿਹੜੇ ਬੰਦੇ ਦੇਖਦਾ ਵੀ ਉਹ ਕਹਿੰਦੇ ਕੋਈ ਸਕਿਨ ਦਾ ਟ੍ਰੀਟਮੈਂਟ ਕਰਾਇਆ ਪਹਿਲਾਂ ਕਿਨ ਸਰਜਰੀ ਹੋਏਗੀ ਤਾਂ ਸਹੀ ਹੋਣੇ ਨੇ ਅੱਛਾ ਸਰਜਰੀ ਤੱਕ ਪਹੁੰਚ ਗਈ ਸੀ ਹਾਂ ਬਿਲਕੁਲ ਜੀ ਬਿਲਕੁਲ ਬਟ ਮੈਡੀਸਨ ਨਾਲ 100% ਬਿਲਕੁਲ ਓਕੇ ਹੈ ਜੀ ਅੱਛਾ ਤੁਸੀਂ ਕੂਰੀਅਰ ਦਾ ਕੰਮ ਕਰਦੇ ਹਾਂ ਹਾਂ ਜੀ ਹਾਂ ਸਾਰਾ ਦਿਨ ਧੁੱਪੇ ਵੀ ਰਹਿੰਦੇ ਹੋ ਤੁਸੀਂ ਬਿਲਕੁਲ ਰਹਿੰਦੇ ਹੋ ਤੁਹਾਡਾ ਚਿਹਰਾ ਤਾਂ ਆਪ ਨਹੀਂ ਲੱਗਦਾ ਤੁਸੀਂ ਵੀ ਯੂਜ਼ ਕਰਨ ਲੱਗੇ ਨਹੀਂ ਮੈਂ ਥੋੜੇ ਟਾਈਮ ਤੋਂ ਯੂਜ਼ ਕਰ ਰਿਹਾ ਪਹਿਲਾਂ ਨਹੀਂ ਕੀਤੀ ਹੈਗੀ ਹੁਣ ਯੂਜ਼ ਕਰ ਰਿਹਾਗਾ ਬਟ ਮੈਨੂੰ ਵੀ ਅੱਗੇ ਨਾਲ ਕਾਫੀ ਕਿਉਂਕਿ ਹੁਣ ਦੇ ਕੋਈ ਇੰਨੇ ਕੋਰੀ ਜਾਂਦੇ ਡੇਲੀ ਦੇ 40 50 ਬਟ ਜੋ 40 50 ਬੰਦੇ ਨੂੰ ਡੇਲੀ ਦੇਖੋ ਕੋਈ ਫਰਕ ਪੈ ਰਿਹਾ ਅਗਲੇ ਤਾਂ ਹੀ ਮੰਗਾ ਰਹੇ ਨੇ ਨਾ ਉਹ ਚੀਜ਼ ਅੱਛਾ ਹੋਰ ਕੀ ਪ੍ਰੋਬਲਮ ਸੀ ਜਦੋਂ ਤੁਸੀਂ ਕਿਸੇ ਡਾਕਟਰ ਨਾਲ ਕੰਸਲਟ ਕੀਤਾ ਉਹ ਡਾਕਟਰ ਕੀ ਕਹਿੰਦੇ ਸੀ ਤੁਹਾਡੀ ਵਾਈਫ ਵਾਸਤੇ ਔਰ ਕਿੰਨਾ ਕੁ ਪੈਸਾ ਤੁਸੀਂ ਖਰਚ ਕਰ ਚੁੱਕੇ ਸੀ ਉਧਰ ਭਾਜੀ ਤੁਸੀਂ ਲਾ ਲਓ 40 ਜ ਨੇਅਰ ਅਬਾਉਟ 30 40 ਹਜ਼ਾਰ ਰੁਪਏ ਲਾ ਦਿੱਤਾ ਸੀਗੇ ਬਟ ਰਿਜ਼ਲਟ ਨਹੀਂ ਮਿਲਿਆ ਸੀ ਕੋਈ ਪਰ ਇਧਰੋ ਜਿਹੜੀ ਮੈਡੀਸਨ ਆਪਾਂ ਗਈ ਹੈ ਸਕਿਨ ਦੀ ਮਤਲਬ ਕਿ ਇਹ ਲਗਾ ਲਓ ਭਾਈ 7 ਦਿਨ ਜਿਹੜੀ ਜੀ 4 ਸਾਲਾਂ ਨਾਲ ਆਪਣੀ ਠੀਕ ਨਹੀਂ ਉਹ 7ਵੇਂ ਦਿਨ ਰਿਜ਼ਲਟ ਆ ਗਿਆ ਜੀ ਕਿ ਹਾਂ ਵੀ ਇਹ ਚੀਜ਼ ਨੂੰ ਅਸਰ ਕਰ ਰਹੀ ਹੈ ਤੇ ਫਰਕ ਪੈ ਰਿਹਾ ਇਸ ਚੀਜ਼ ਨਾਲ ਹੁਣ ਕਿੰਨਾ ਕੁ ਫਰਕ ਹੈ ਹੁਣ ਕਿੰਨੇ ਦਿਨ ਹੋ ਗਏ ਪਾ ਜੀ ਹੁਣ ਤਾਂ ਬਿਲਕੁਲ ਹੀ ਨਹੀਂ ਰਹਿ ਗਏ ਨਾ ਦਾਗ ਦੱਬੇ ਖਤਮ ਹੀ ਹੋ ਗਏ ਨੇ ਹੁਣ ਤਾਂ ਕੋਈ ਕਹਿ ਹੀ ਨਹੀਂ ਸਕਦਾ ਕਿ ਫੇਸ ਦੇ ਦਾਗ ਦੋਬੇ ਸੀਗੇ ਬਿਲਕੁਲ ਹਾਂ ਇਹ ਚੀਜ਼ ਹੈ ਬਹੁਤ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਅੱਛੀ ਕੀ ਗੱਲ ਹੋਰ ਦੱਸੋ ਇਸ ਵੇਲੇ ਟੀਨੇਜਰ ਜਿਹੜੇ ਬੱਚੇ ਹੈਗੇ ਨੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਉਹਨਾਂ ਦੇ ਜਦੋਂ ਟੀਨੇਜਰ ਦੇ ਵਿੱਚ ਸ਼ੁਰੂਆਤ ਕਰਦੇ ਨੇ ਸ਼ੁਰੂ ਹੁੰਦੀ ਹੈ ਉਹਨਾਂ ਦੀ ਟੀਨੇ ਫਿੰਸੀ ਅਫੋਰਡੇ ਬੜੇ ਨਿਕਲਦੇ ਨੇ ਜੇਕਰ ਇਹਨੂੰ ਅਪਲਾਈ ਕਰੀਏ ਫਰਕ ਪਏਗਾ ਜੀ ਹਾਂਜੀ ਹਾਂਜੀ ਪੈਂਦਾ ਜੀ ਉਹਦੇ ਵਿੱਚ ਕੀ ਹੁੰਦਾ ਫਰੁਕੀ ਸਾਹਿਬ ਜਿਨ੍ਹਾਂ ਦੇ ਪਿੰਪਲਸ ਜ਼ਿਆਦਾ ਨਿਕਰੇ ਨੇ ਨਾ ਉਹਨਾਂ ਲਈ ਆਪਾਂ ਇੱਕ ਮੈਡੀਸਨ ਅਲੱਗ ਵੀ ਦਿੰਨੇ ਆ ਉਹਦੇ ਵਿੱਚ ਆਪਾਂ ਕਰੀਮ ਨਹੀਂ ਦਿੰਦੇ ਹੈਗੇ ਉਹਦੇ ਵਿੱਚ ਤਿੰਨ ਪੀਣ ਵਾਲੀਆਂ ਦਿੰਨੇ ਆ ਇੱਕ ਸਪਰੇਅ ਦਿੰਨੇ ਆ ਉਹਦੇ ਵਿੱਚ ਜੀ 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 ਭਾਈ ਸਾਹਿਬ ਜਿਹੜੇ ਕੂਰੀਅਰ ਨੇ ਇੱਥੋਂ ਲੈ ਕੇ ਜਾਂਦੇ ਨੇ ਡੇਲੀ ਦੇ ਡੇਲੀ ਉਹਨਾਂ ਨੇ ਆਪਣੀ ਵਾਈਫ ਦਾ ਤਜਰਬਾ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਅਸੀਂ ਇੱਕ ਵਾਰ ਮੁਰ ਤੋਂ ਡਾਕਟਰ ਸਾਹਿਬ ਨਾਲ ਜੁੜਦੇ ਆ ਇਹਨਾਂ ਦੇ ਕੋਲੇ ਕੋਰੀਅਰ ਸਾਰੇ ਆਪਣੇ ਜਾਂਦੇ ਆ ਜਿਹੜੇ ਜਿਹੜਾ ਬੰਦਾ ਕੋਰੀਅਰ ਲੈਣ ਆਇਆ ਉਹ ਉਹਨਾਂ ਨੇ ਵੀ ਯੂਜ਼ ਕਰਕੇ ਇਹਨੂੰ ਇਹਦੇ ਤੇ ਮੋਹਰ ਲਾਈ ਹੈ ਉਹਨਾਂ ਨੂੰ ਪਤਾ ਕੀ ਸੀਗਾ ਜੀ ਉਹਨਾਂ ਨੇ ਦੇਖਿਆ ਵੀ ਇੰਨੇ ਕੋਰੀਅਰ ਜਾ ਰਹੇ ਨੇ ਮੈਨੂੰ ਪੁੱਛਿਆ ਡਾਕਟਰ ਸਾਹਿਬ ਕਾਹਦੇ ਹੁੰਦੇ ਨੇ ਕਿਹੜੀ ਦਵਾਈ ਸਾਨੂੰ ਹੁੰਦੀ ਹੈ ਇਹ ਮੈਂ ਕਿਹਾ ਜੀ ਫੇਸ ਦੀ ਦਵਾਈ ਸਾਨੂੰ ਹੁੰਦੀ ਹੈ ਆਪਣੀ ਇਦਾਂ ਦਾ ਕਰਕੇ ਦਾਗ ਧੱਬੇ ਹੁੰਦੇ ਨੇ ਉਹ ਕਹਿੰਦੇ ਜੀ ਡਾਕਟਰ ਸਾਹਿਬ ਮੇਰੀ ਵੀ ਵਾਈਫ ਦੇ ਨੇ ਮੈਨੂੰ ਵੀ ਦਿਓ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਤੁਹਾਨੂੰ ਵੀ ਦੇ ਦਿੰਨੇ ਆ ਉਹਨਾਂ ਨੇ ਯੂਜ਼ ਕਰਕੇ ਦੇਖਿਆ ਉਹ ਕ ਤੁਸੀਂ ਇੱਥੇ ਜਦੋਂ ਲੈ ਕੇ ਜਾਂਦੇ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਕੀ ਕੀ ਮਨ ਦੇ ਵਿੱਚ ਕੀ ਆਇਆ ਸੀ ਜਦੋਂ ਤੁਸੀਂ ਇਹਨਾਂ ਨਾਲ ਗੱਲ ਕੀਤੀ ਨਹੀਂ ਮੈਂ ਪਹਿਲਾਂ ਇੰਟਰਵਿਊ ਦੇਖੀ ਸੀਗੀ ਠੀਕ ਹੈ ਨਾ ਉਸ ਤੋਂ ਬਾਅਦ ਫਿਰ ਸਾਡੀ ਕੋਰੀਅਰ ਦੀ ਡੀਲਿੰਗ ਵੈਰਾ ਚੱਲੀ ਹੈਗੀ ਐ ਤੇ ਜਦੋਂ ਮੈਂ ਪੁੱਛਿਆ ਕਿ ਆਪਣੀ ਮੈਡੀਸਨ ਕਿਸ ਚੀਜ਼ ਦੀ ਜਾਂਦੀ ਹੈ ਉਹ ਕਹਿੰਦੇ ਸਕਿਨ ਲਈ ਹੁੰਦੀ ਹੈਗੀ ਦਾਗ-ਦੱਬੇ ਕੁਝ ਵੀ ਹੈਗਾ ਬਾਈ ਠੀਕ ਹੈ ਨਾ ਮਤਲਬ ਕਿੰਨੇ ਮਰਜ਼ੀ ਪੁਰਾਣੇ ਹੋਣ ਇਹ ਨਹੀਂ ਹੈਗਾ ਕਿ ਹਾਂ ਵੀ ਬੰਦੇ ਦੇ ਕੋਈ ਕਰੰਟਲੀ ਜਾਂ ਕੁਝ ਜਦੋਂ ਜਿੰਨੇ ਮਰਜ਼ੀ ਪੁਰਾਣੇ ਦਾਗ-ਦੱਬੇ ਕੋਈ 5 ਸਾਲ 10 ਸਾਲ ਤੋਂ ਨੇ ਫਰਕ ਪੈਂਦਾ ਉਹ ਵੀ ਵਾਇਪ ਕਿਵੇਂ ਯੂਜ਼ ਕਿਵੇਂ ਕਰਦੇ ਨੇ ਉਹ ਪਾਜੀ ਰਾਤੀ ਇਹਦੇ ਨਾਲ ਆ ਦੇਖੋ ਸਪਰੇਅ ਕਰਕੇ ਇਹਦੇ ਨਾਲ ਆ ਦੇਖੋ ਸਪਰੇਅ ਵਗੈਰਾ ਕਰਕੇ ਬਸ ਇਹਦੇ ਨਾਲ ਯੂਜ਼ ਕਰਦੇ ਹੈਗੇ ਨੇ ਅੱਛਾ ਇੰਨਾ ਕੀ ਕੰਮ ਕਰ ਹਾਂ ਹਾਂ ਬਸ ਜੀ ਇੰਨੇ ਨਾਲ ਵਜੇ ਆਰਾਮ ਆ ਗਿਆ ਆਪਾਂ ਨੂੰ ਹੋਰ ਕੀ ਚਾਹੀਦਾ ਜਿੱਥੇ ਇੰਨਾ ਹਜ਼ਾਰਾਂ ਰੁਪਏ ਲੱਗਣੇ ਸੀਗੇ 30 40 ਹਜ਼ਾਰ ਦਾ ਖਰਚਾ ਇਹਨਾਂ ਨੇ ਆਪਣਾ ਬਚਾ ਤਾ ਈਵਨ ਕਿ ਉਸ ਤੋਂ ਬਾਅਦ ਮੇਰੇ ਹੋਰ ਕਈ ਜਣੇ ਨੇ ਪੁੱਛਿਆ ਹੋਵੇ ਉਹਨਾਂ ਨੇ ਮੇਰੇ ਰੈਫਰੈਂਸ ਦਿੱਤਾ ਅੱਗੇ ਤੇ ਉਹ ਵੀ ਇਥੋਂ ਲੈ ਕੇ ਗਏ ਨੇ ਆਰਾਮ ਆ ਗਿਆ ਜੀ ਹਾਂਜੀ ਹਾਂਜੀ ਸੋ ਦੱਸ ਸਭ ਇੱਕ ਗੱਲ ਹੋਰ ਸਭ ਦੱਸੋ ਵੀ ਇੰਨਾ ਜ਼ਿਆਦਾ ਫਰਕ ਹੈ ਲੋਕ ਆਪ ਮੁਹਾਰੇ ਆ ਰਹੇ ਨੇ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਹੋਇਆ ਪਾਇਆ ਕੀ ਆ ਤੁਸੀਂ ਰੁਕੀ ਸਾਹਿਬ ਉਹੀ ਮੈਂ ਤੁਹਾਨੂੰ ਦੱਸਿਆ ਕੁਝ ਨਹੀਂ ਪਾਇਆ ਇੱਕ ਮੈਡੀਸਨ ਆ ਜੀ ਇਹ ਇੱਕ ਨੇਚਰਲ ਜਿਹੜਾ ਤੁਹਾਡੇ ਹੱਥ ਇਸ ਤਰ੍ਹਾਂ ਦਾ ਨੁਸਖਾ ਲੱਗੇ ਦੇਖੋ ਤੁਸੀਂ ਦੱਸਦੇ ਨਹੀਂ ਨੁਸਖਾ ਦੇਖੋ ਰੁਕੀ ਸਾਹਿਬ ਕੋਈ ਨਹੀਂ ਡਾਕਟਰ ਸਾਹਿਬ ਮੈਂ ਦੱਸਦਾ ਜੀ ਮੇਰੇ ਕੋਲ ਕੁਝ ਨਹੀਂ ਰਹਿ ਗਿਆ ਮੇਰੇ ਨਾਲ ਬਹੁਤ ਮਿਹਨਤ ਕੀਤੀ ਜੀ ਇਹਦੇ ਤੇ ਹਾਂਜੀ ਜੀ ਜੀ ਇਹ ਤਾਂ ਜੀ ਬਹੁਤ ਵਧੀਆ ਚੀਜ਼ ਹੈ ਜੀ ਮੈਂ ਇਹ ਵੀ ਲਗਾ ਕੇ ਦਿਖਾ ਦਿੰਦਾ ਮੈਂ ਕਰੀਮ ਦਾ ਲਗਾਤੀ ਮੈਂ ਵੀ ਲਗਾ ਲੈਣਾ ਬੇਰਤੋ ਥੋੜਾ ਜਿਆਦਾ ਵੱਜ ਗਿਆ ਕਿਉਂ ਇੰਨੀ ਨਹੀਂ ਲਗਾਣਾ ਨਹੀਂ ਥੋੜੀ ਲਗਾਣਾ ਹੁੰਦਾ ਜੀ ਥੋੜੀ ਲਗਾਣਾ ਹੁੰਦਾ ਥੜੇ ਬਹੁਤ ਵਧੀਆ ਚੀਜ਼ ਹੈ ਜੀ ਇਹ ਤਾਂ ਹਾਂਜੀ ਜੀ 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 ਅੱਛਾ ਫਿਰ ਡਾਕਟਰ ਸਾਹਿਬ ਜਿਹੜਾ ਇਹ ਚੀਜ਼ ਹੈਗੀ ਹੈ ਕਿੱਥੋਂ ਅਸੀਂ ਅਗਰ ਤੁਹਾਡੇ ਨਾਲ رابطہ ਕਰਨਾ ਹੋਵੇ ਜਿਹੜੇ ਸਾਡੇ ਇਸ ਵੇਲੇ ਆਨਲਾਈਨ ਲੋਕ ਦੇਖ ਰਹੇ ਨੇ ਸਾਡੇ ਦਰਸ਼ਕ ਦੇਖ ਰਹੇ ਨੇ ਜੇਕਰ ਤੁਹਾਡੇ ਨਾਲ رابطہ ਕਰਨਾ ਹੋਵੇ ਤਾਂ رابطہ ਕਿਵੇਂ ਹੋ ਸਕਦਾ ਹੈ ਆਪਣਾ ਹੈਗਾ ਜੀ ਰਾਮਗੜ੍ਹ ਰੋਡ ਸਾਨੇਵਾਲ ਨੀਅਰ ਅਨੰਤ ਵਿਹਾਰ ਕਲੋਨੀ 1 एचपी ਗੈਸੀ ਅੰਸੀ ਦੇ ਗੜਾਉਣ ਵੀ ਪੈਂਦੇ ਨੇ ਇੱਥੇ ਆ ਕੇ ਸਾਨੂੰ ਮਿਲ ਸਕਦੇ ਹੋ 10 ਤੋਂ 5 ਵਜੇ ਤੱਕ ਅਸੀਂ ਇੱਥੇ ਬੈਠਦੇ ਹਾਂ ਵੀਰਵਾਰ ਦੀ ਛੁੱਟੀ ਹੁੰਦੀ ਆ ਸੰਡੇ ਨੂੰ 3 ਵਜੇ ਤੱਕ ਹੁੰਦੀ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਡਾਕਟਰ ਸਾਹਿਬ ਔਰ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੀਮਤੀ ਸਮਾਂ ਹੁੰਦਾ ਥੋੜਾ ਕੰਮ ਛੱਡ ਕੇ ਤੁਸੀਂ ਸਾਡੇ ਦਰਸ਼ਕਾਂ ਦੇ ਲਈ ਵੀਡੀਓ ਬਣਾਉਣੇ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ 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 ਸੋ ਕੁਝ ਡਾਕਟਰ ਸਾਹਿਬ ਹੈਗੇ ਨੇ ਕੁਝ ਹੋਰ ਕਹਿਣਾ ਚਾਹੁੰਦਾ ਕੀ ਕਹਿਣਾ ਚਾ ਰਹੇ ਹੋ ਇਹਦੇ ਵਿੱਚ ਫਰੂਕੀ ਸਾਹਿਬ ਇੱਕ ਹੋਰ ਆ ਜਦੋਂ ਨਾ ਫੋਨ ਕਰਨ ਦਾ ਥੋੜਾ ਮੈਂ ਸਮਾਂ ਦੱਸਣਾ ਚਾਹਨਾ ਬਹੁਤ ਸਾਨੂੰ ਫੋਨ ਕਾਲਸ ਆ ਜੀ ਤੁਸੀਂ ਫੋਨ ਹੀ ਚੱਕਦੇ ਹੈਗੇ ਦੇਖੋ ਫੋਨ ਦਾ ਪਤਾ ਹੀ ਕੀ ਹੁੰਦਾ ਫਰੂਕੀ ਦਾ ਫੋਨ ਬਹੁਤ ਹੋ ਜਿਆਦਾ ਹੋ ਜਾਂਦੇ ਨੇ ਜਦੋਂ ਵੀਡੀਓ ਪੈਂਦੀ ਹੈ ਨਾ ਕਿਉਂ ਇਹਦੀ ਇੱਕ ਡਿਮਾਂਡ ਹੀ ਬਹੁਤ ਜ਼ਿਆਦਾ ਇਹਦੇ ਫੋਨ ਕਾਲਸ ਬਹੁਤ ਹੁੰਦੀਆਂ ਨੇ ਜੇ ਨਹੀਂ ਚੱਕ ਰਹੇ ਨਾ ਤੁਸੀਂ ਇੱਕ ਦੋ ਵਾਰ ਲਗਾ ਲਿਆ ਕਰੋ ਵੀ ਫੋਨ ਅਟੈਂਡ ਜ਼ਰੂਰ ਕਰਦੇ ਆਂ ਅਸੀਂ ਥੋੜਾ ਟਾਈਮ ਲੱਗ ਜਾਂਦਾ ਉਹਦੇ ਵਿੱਚ ਇੱਕ ਸਮਾਂ ਹੁੰਦਾ ਫੋਨ ਕਰਨ ਦਾ ਤੁਸੀਂ 9:30 ਵਜੇ ਤੋਂ ਲੈ ਕੇ 6 ਵਜੇ ਤੱਕ ਜਦੋਂ ਵੀ ਤੁਹਾਨੂੰ ਕਾਲ ਕਰੋਗੇ ਅਸੀਂ ਅਟੈਂਡ ਕਰਾਂਗੇ ਕਈ ਲੋਕ ਨੇ ਰਾਤ ਨੂੰ 12-12 ਵਜੇ ਤੱਕ ਕਰ ਦਿਆ ਉਹ ਫਿਰ ਨਹੀਂ ਚੱਕ ਹੁੰਦੇ ਫੁਰਕੀਦਾ ਬਸ ਵੀ ਲੱਗੇ ਜਾਂਦੇ ਆ ਥੋੜੀ ਅਰੈਸਟ ਕਰਨੀ ਹੁੰਦੀ ਹੈ ਨਾ ਥੋੜੇ ਜਿਹਾ ਉਹਦੇ ਕਰਕੇ ਦਿੱਕਤ ਆ ਜਾਂਦੀ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਡਾਕਟਰ ਅਮਨਪ੍ਰੀਤ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹਦਾ ਬੈਸਟ ਰਿਜ਼ਲਟ ਹੈਗਾ ਲਿਆ ਜਾ ਸਕਦਾ ਹੈ ਔਰ ਉਹਨਾਂ ਨੇ ਇੱਕ ਬਹੁਤ ਵੱਡਾ ਦਾਵਾ ਇਹ ਕੀਤਾ ਹੈ ਕਿ ਜਿਹੜੇ ਇਸ ਨੁਸਕੇ ਨੂੰ ਇਸ ਫਾਰਮੂਲੇ ਨੂੰ ਕੁਦਰਤੀ ਨੁਸਕੇ ਨੂੰ ਫਾਰਮੂਲੇ ਨੂੰ ਯੂਜ਼ ਕਰਨਗੇ ਜਿਹੜੇ ਤਾਂ ਜਿਨ੍ਹਾਂ ਦਾ ਰੰਗ ਸਾਫ਼ ਹੈ ਆਲਰੇਡੀ ਸਾਫ਼ ਹੈ ਤਾਂ ਉਹ ਹੋਰ ਜ਼ਿਆਦਾ ਸਾਫ਼ ਹੋ ਸਕਦਾ ਉਹਨਾਂ ਦਾ ਰੰਗ ਹੈ ਜਿਹੜਾ ਲਾਲ ਹੋ ਸਕਦਾ ਹੈ ਗੁਲਾਬੀ ਫੁੱਲਾਂ ਵਰਗਾ ਹੋ ਸਕਦਾ ਤੇ ਜਿਹੜੇ ਜਿਨ੍ਹਾਂ ਦਾ ਰੰਗ ਸਾਵਲਾ ਹੈ ਉਹਨਾਂ ਦੇ ਜਿਹੜੇ ਦਾਗ ਧੱਬੇ ਛਾਈਆਂ ਜਾਂ ਕੁਝ ਹੋਰ ਜ਼ਿਆਦਾ ਖਰਾਬ ਹੁੰਦਾ ਉਹਨੂੰ ਹੋਰ ਜ਼ਿਆਦਾ ਇਹ ਸਾਫ ਕਰੇਗਾ ਸੋ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਵਾ ਗਿਆ ਧੰਨਵਾਦ